ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ 'ਤੇ। ਮੈਂ ਹਾਂ ਸੁਮਨਪ੍ਰੀਤ ਕੌਰ। ਅੱਜ ਦੀ ਕਲਾਸ ਦੇ ਵਿੱਚ ਅਸੀਂ ਸਮਾਂ, ਗਤੀ ਅਤੇ ਦੂਰੀ ਦਾ ਪਾਰਟ 2 ਕਰਨ ਜਾ ਰਹੇ ਹਾਂ, ਜਿਸ ਦੇ ਵਿੱਚ ਅਸੀਂ ਅਲੱਗ ਟਾਈਪ ਦੇ ਸਮ ਕਵਰ ਕਰਨ ਵਾਲੇ ਹਾਂ। ਅੱਜ ਦੀ ਇਸ ਕਲਾਸ ਦੇ ਵਿੱਚ ਅਸੀਂ ਟਾਈਪ 5 ਕਰਨ ਵਾਲੇ ਹਾਂ, ਪਰ ਪਾਰਟ ਕਲਾਸ ਦਾ 2 ਆ। ਫਸਟ ਕਲਾਸ ਦੇ ਵਿੱਚ ਮੈਂ 4 ਟਾਈਪ ਦੇ ਸਮ ਤੁਹਾਨੂੰ ਕਵਰ ਕਰਵਾਏ ਸੀ। ਅੱਜ ਦੀ ਕਲਾਸ ਦੇ ਵਿੱਚ ਅਸੀਂ 5th ਪਾਰਟ ਕਵਰ ਕਰਨ ਜਾ ਰਹੇ ਹਾਂ, ਜਿਸਦਾ ਨਾਮ ਆ ਔਸਤ ਗਤੀ, ਜਾਣੀ ਕਿ ਐਵਰੇਜ ਸਪੀਡ। ਕੀ ਨਾਮ ਹੈ ਇਸਦਾ? ਐਵਰੇਜ ਸਪੀਡ, ਜੋ ਤੁਹਾਨੂੰ ਪਤਾ ਹੋਣਾ ਜ਼ਰੂਰੀ ਆ। ਔਸਤ ਗਤੀ, ਠੀਕ ਹੈ, ਇਸ ਟੋਪਿਕ ਦਾ ਨਾਮ ਆ ਸਾਡਾ ਔਸਤ ਗਤੀ। ਹੁਣ ਔਸਤ ਗਤੀ, ਮੈਂ ਤੁਹਾਨੂੰ ਕੱਲ੍ਹ ਵੀ ਦੱਸਿਆ ਸੀ ਕਿ ਗਤੀ ਆ ਜਿਹੜੀ, ਉਹਦਾ ਰਿਲੇਸ਼ਨ ਕਿਹਦੇ ਨਾਲ ਆ? ਸਮਾਂ ਅਤੇ ਦੂਰੀ ਦੇ ਨਾਲ ਆ। ਤਿੰਨਾਂ ਦਾ ਹੀ ਆਪਸ ਦੇ ਵਿੱਚ ਰਿਲੇਸ਼ਨ ਆ, ਚਾਹੇ ਤੁਹਾਨੂੰ ਇਕੱਲਾ ਡਿਸਟੈਂਸ ਲਿਖਿਆ, ਦੂਰੀ ਲਿਖਿਆ, ਤਾਂ ਵੀ ਤਿੰਨੋਂ ਹੀ ਇੱਕੋ ਫਾਰਮੂਲੇ ਦੇ ਬੇਸ ਆ। ਕਿਹੜਾ ਫਾਰਮੂਲਾ ਵਾ? ਡਿਸਟੈਂਸ ਇਜ਼ ਇਕੁਅਲ ਟੂ ਸਪੀਡ ਅਪ ਇੰਟੂ ਟਾਈਮ। ਡਿਸਟੈਂਸ ਇਜ਼ ਇਕੁਅਲ ਟੂ ਸਪੀਡ ਇੰਟੂ ਟਾਈਮ, ਇਹ ਫਾਰਮੂਲਾ ਸੀ। ਜਿਹੜੇ ਸਟੂਡੈਂਟਸ ਨੇ ਕੱਲ੍ਹ ਵਾਲੀ ਕਲਾਸ ਕਵਰ ਨਹੀਂ ਕੀਤੀ, ਉਹ ਕੱਲ੍ਹ ਵਾਲੀ ਕਲਾਸ ਕਵਰ ਕਰ ਲੈਣ, ਜਾਂ ਜਿਨ੍ਹਾਂ ਨੇ ਨਹੀਂ ਵੀ ਕੀਤੀ, ਨਹੀਂ ਕਰਨਾ ਚਾਹੁੰਦੇ ਕਵਰ, ਕਿਉਂਕਿ ਇਹ ਕਲਾਸ ਵੀ ਤੁਹਾਡੇ ਲਈ ਬਹੁਤ ਇੰਪੋਰਟੈਂਟ ਆ। ਐਵਰੇਜ ਦੇ ਵਿੱਚ ਇੱਕ ਕਵਰ ਹੁੰਦੀ ਆ, ਐਵਰੇਜ ਗਤੀ ਇਸਦਾ ਨਾਮ ਆ ਜਿਹੜਾ ਟੋਪਿਕ ਆ ਸਾਡਾ, ਠੀਕ ਹੈ। 5th ਟਾਈਪ ਅਸੀਂ ਕਰ ਰਹੇ ਹਾਂ ਸਮਾਂ, ਚਾਲ ਅਤੇ ਦੂਰੀ ਵਾਲੇ ਸਵਾਲਾਂ ਦੀ। 5ਵੀਂ ਕਿਸਮ ਅਸੀਂ ਕਰ ਰਹੇ ਹਾਂ। 4 ਤਰ੍ਹਾਂ ਦੇ ਸਮ ਮੈਂ ਤੁਹਾਨੂੰ ਕੱਲ੍ਹ ਵਾਲੇ ਪਾਰਟ ਦੇ ਵਿੱਚ ਕਵਰ ਕਰਵਾਏ ਆ, ਉਹ ਤੁਹਾਡੇ ਲਈ ਜ਼ਿਆਦਾ ਇੰਪੋਰਟੈਂਟ ਆ, ਉਹਨੂੰ ਵੀ ਕਵਰ ਕਰੋ। ਅਤੇ ਇਹ ਪਾਰਟ ਤੁਹਾਡੇ ਲਈ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਆ, ਕਿਉਂਕਿ ਇਹ 2 ਟੋਪਿਕ ਦੇ ਵਿੱਚ ਕਵਰ ਹੁੰਦਾ, ਇੱਕ ਤਾਂ ਐਵਰੇਜ ਦੇ ਵਿੱਚ ਅਤੇ ਇੱਕ ਗਤੀ ਦੇ ਵਿੱਚ। ਹੁਣ ਗਤੀ ਦਾ ਫਾਰਮੂਲਾ ਕੀ ਆ? ਦੇਖੋ, ਮੈਂ ਤੁਹਾਨੂੰ ਦੱਸਿਆ ਸੀ ਕਿ ਤਿੰਨਾਂ ਦਾ ਆਪਸ 'ਚ ਰਿਲੇਸ਼ਨ ਆ, ਡਿਸਟੈਂਸ ਇਜ਼ ਇਕੁਅਲ ਟੂ ਸਪੀਡ ਇੰਟੂ ਟਾਈਮ। ਅਤੇ ਇੱਥੋਂ ਅਸੀਂ ਕੀ ਕਰ ਰਹੇ ਹਾਂ? ਗਤੀ, ਗਤੀ ਮਤਲਬ ਸਪੀਡ, ਤਾਂ ਸਪੀਡ ਦਾ ਫਾਰਮੂਲਾ ਕੀ ਬਣ ਰਿਹਾ? ਟਾਈਮ ਇੱਧਰ ਜਾ ਕੇ ਡਿਵਾਈਡ ਹੋ ਜਾਊਗਾ, ਡਿਸਟੈਂਸ ਅਪੋਨ ਟਾਈਮ। ਪਰ ਜਦੋਂ ਨਾਲ ਐਵਰੇਜ ਲੱਗ ਗਿਆ ਨਾ, ਐਵਰੇਜ ਸਪੀਡ ਲੱਗ ਗਿਆ, ਤਾਂ ਐਵਰੇਜ ਸਪੀਡ ਦਾ ਕੀ ਮਤਲਬ ਆ? ਐਵਰੇਜ ਸਪੀਡ ਤਾਂ ਉਸ ਸਮੇਂ ਦੇ ਵਿੱਚ ਕੀ ਆ ਜਾਂਦਾ? ਟੋਟਲ ਡਿਸਟੈਂਸ, ਟੋਟਲ ਡਿਸਟੈਂਸ ਡਿਵਾਈਡਡ ਬਾਈ ਟੋਟਲ ਟਾਈਮ, ਠੀਕ ਹੈ। ਟੋਟਲ ਡਿਸਟੈਂਸ ਡਿਵਾਈਡਡ ਬਾਈ ਟੋਟਲ ਟਾਈਮ। ਦੇਖੋ, ਐਵਰੇਜ ਦਾ ਫਾਰਮੂਲਾ ਹੁੰਦਾ ਸੰਖਿਆਵਾਂ ਦਾ ਜੋੜ, ਜਿੰਨੀਆਂ ਸੰਖਿਆਵਾਂ ਦਿੱਤੀਆਂ। ਇੱਥੇ ਕੀ ਦਿੱਤਾ ਸਾਨੂੰ? ਡਿਸਟੈਂਸ, ਟੋਟਲ ਡਿਸਟੈਂਸ ਅਪੋਨ ਟੋਟਲ ਟਾਈਮ। ਅਤੇ ਇੱਕ ਗੱਲ ਦਾ ਧਿਆਨ ਰੱਖਣਾ, ਜਦੋਂ ਦੂਰੀ ਸੇਮ ਹੋਵੇ, ਆਉਣ ਅਤੇ ਜਾਣ ਦੀ ਦੂਰੀ ਸੇਮ ਹੋਵੇ, ਮੰਨ ਕੇ ਚੱਲੋ ਇੱਥੇ ਇੱਕ ਪਹਾੜ ਆ, ਕੋਈ ਵਿਅਕਤੀ ਪਹਾੜ 'ਤੇ ਚੜ੍ਹ ਰਿਹਾ ਵਾ, ਜਦੋਂ ਪਹਾੜ 'ਤੇ ਚੜ੍ਹ ਰਿਹਾ ਤਾਂ ਉਹਦੀ ਗਤੀ ਹੈਗੀ ਆ, ਉਹਦੀ ਸਪੀਡ ਹੈਗੀ ਆ, ਜਿਹਨੂੰ ਮੈਂ S1 ਦੇ ਨਾਮ ਨਾਲ ਡਿਨੋਟ ਕਰ ਰਹੀ ਹਾਂ, ਉਹਦੀ ਸਪੀਡ ਮੈਂ ਲੈ ਲਈ X, ਠੀਕ ਹੈ। ਜਦੋਂ ਪਹਾੜ ਤੋਂ ਉਤਰੇਗਾ ਤਾਂ ਉਹਦੀ ਸਪੀਡ ਐਟੋਮੈਟਿਕ ਵੱਧ ਜਾਣੀ ਆ। ਸਪੀਡ ਕੀ ਹੋ ਜਾਣੀ ਆ? ਐਟੋਮੈਟਿਕ ਵੱਧ ਜਾਣੀ ਆ, ਜਿਹੜੀ ਕਿ ਮੈਂ ਜਿਸਨੂੰ ਨਾਮ ਦੇਤਾ S2, ਜਾਣੀ ਕਿ ਉਹ ਸਪੀਡ ਮੈਂ ਲਿਖ ਲਈ Y km/ghr, Y km/ghr ਮੈਂ ਸਪੀਡ ਲਿਖ ਲਈ। ਅਤੇ ਜਦੋਂ ਸਾਡੇ ਕੋਲ ਦੂਰੀ ਸੇਮ ਹੋਵੇ, ਹੁਣ ਦੂਰੀ ਤਾਂ ਸੇਮ ਆ ਨਾ, ਪਹਾੜ 'ਤੇ ਜਦੋਂ ਚੜ੍ਹ ਰਿਹਾ ਵਾ ਤਾਂ ਦੂਰੀ ਸੇਮ ਕਵਰ ਕੀਤੀ ਆ, ਜਦੋਂ ਵਾਪਸ ਆਊਗਾ ਸੇਮ ਦੂਰੀ ਕਵਰ ਕਰ ਰਿਹਾ ਵਾ। ਜਦੋਂ ਅਸੀਂ ਆਪਣੇ ਘਰ ਤੋਂ ਆਫਿਸ ਆਉਂਦੇ ਹਾਂ ਤਾਂ ਇੱਥੇ ਕੀ ਆ, ਕੋਈ ਨਾ ਕੋਈ ਦੂਰੀ ਅਸੀਂ ਤੈਅ ਕਰਦੇ ਹਾਂ। ਜੇ ਅਸੀਂ X ਕਿਲੋਮੀਟਰ ਦੀ ਦੂਰੀ ਜਾਂ 4 ਕਿਲੋਮੀਟਰ ਦੀ ਦੂਰੀ ਕਵਰ ਕੀਤੀ ਆ, ਤਾਂ ਜਦੋਂ ਆਪਣੇ ਆਫਿਸ ਤੋਂ ਘਰ ਵਾਪਸ ਜਾਵਾਂਗੇ ਉਸ ਸਮੇਂ ਵੀ ਦੂਰੀ ਤਾਂ 4 ਹੀ ਰਹਿਣੀ ਆ, ਦੂਰੀ ਸੇਮ ਰਹਿਣੀ ਆ। ਅਤੇ ਜਦੋਂ ਦੂਰੀ ਸੇਮ ਹੋਵੇ ਉਸ ਸਮੇਂ ਕਿਹੜੀ ਟ੍ਰਿਕ ਲੱਗਣੀ ਆ ਇਹਦੇ 'ਤੇ, ਇਹ ਦੇਖੋ। ਦੇਖੋ, ਹੁਣ ਸਾਡੇ ਕੋਲ ਡਿਸਟੈਂਸ ਪਤਾ ਵਾ, ਡਿਸਟੈਂਸ ਕੀ ਆ? ਸੇਮ ਆ, ਜਿਹਨੂੰ ਮੈਂ ਮੰਨ ਲਿਆ D, ਡਿਸਟੈਂਸ ਸੇਮ ਆ, ਤਾਂ ਇੱਥੇ ਮੇਰੇ ਕੋਲ ਕੀ ਆ? ਟਾਈਮ ਆ ਜਾਣਾ। ਟਾਈਮ ਕਿਵੇਂ ਆਊਗਾ? ਦੇਖੋ, ਡਿਸਟੈਂਸ ਦਾ ਫਾਰਮੂਲਾ ਕੀ ਹੁੰਦਾ ਵਾ? ਸਪੀਡ ਇੰਟੂ ਟਾਈਮ। ਇੱਥੇ ਸਪੀਡ 1 ਦੀ ਗੱਲ ਹੋਈ ਆ, ਜਦੋਂ ਜਾ ਰਿਹਾ ਵਾ, ਅਸੀਂ ਸਿਰਫ ਜਾ ਰਹੇ ਦੀ ਗੱਲ ਕਰ ਰਹੇ ਹਾਂ। ਮੈਂ ਤੁਹਾਨੂੰ ਐਵਰੇਜ ਸਪੀਡ ਦਾ ਇੱਥੇ ਮਤਲਬ ਦੱਸ ਰਹੀ ਹਾਂ, ਠੀਕ ਹੈ। ਸਿਰਫ ਅਸੀਂ ਜਾ ਰਿਹਾ ਦੀ ਗੱਲ ਕਰ ਰਹੇ ਹਾਂ, ਜਦੋਂ ਜਾ ਰਿਹਾ ਉਹਦੀ ਸਪੀਡ ਕੀ ਆ? X ਕਿਲੋਮੀਟਰ ਪ੍ਰਤੀ ਘੰਟਾ ਵਾ,
ਗੁਣਾ ਟਾਈਮ ਜਿਹਨੂੰ ਮੈਂ ਟੀ ਵਨ ਲਿਖ ਰਹੀ ਹਾਂ, ਅਤੇ ਟਾਈਮ ਕਿਹਦੇ ਬਰਾਬਰ ਆ ਗਿਆ ਜੀ? ਡਿਸਟੈਂਸ ਅਪੋਨ ਸਪੀਡ ਦੇ। ਠੀਕ ਹੈ, ਟਾਈਮ ਕਿਹਦੇ ਬਰਾਬਰ ਆ ਗਿਆ? ਡਿਸਟੈਂਸ ਅਪੋਨ ਸਪੀਡ ਦੇ, ਅਤੇ ਇੱਥੇ ਸਪੀਡ ਮੈਂ ਵਨ ਲਈ ਆ। ਸੇਮ ਇਸੇ ਤਰ੍ਹਾਂ ਮੇਰੇ ਕੋਲ ਟਾਈਮ ਟੂ ਆ ਜੂਗਾ, ਕਿਉਂਕਿ ਫਾਰਮੂਲੇ ਦੇ ਅਕੋਰਡਿੰਗ ਟੋਟਲ ਡਿਸਟੈਂਸ ਡੀ ਆ, ਸਪੀਡ ਮੈਂ ਲਿਖ ਲਈ ਆ। ਟਾਈਮ ਚਾਹੀਦਾ ਵਾ, ਟਾਈਮ ਇੱਥੋਂ ਕੱਢ ਲਿਆ ਕਿ ਡਿਸਟੈਂਸ ਅਪੋਨ ਐਸ ਟੂ ਆ। ਠੀਕ ਹੈ, ਹੁਣ ਇੱਕ ਨਵੀਂ ਸ਼ੋਰਟ ਟ੍ਰਿਕ ਬਣਾ ਰਹੀ ਹਾਂ, ਉਹਦਾ ਪਰੂਫ ਸਿਖਾ ਰਹੀ ਹਾਂ ਮੈਂ ਤੁਹਾਨੂੰ, ਹੋਰ ਕੁਛ ਵੀ ਨਹੀਂ ਗਾ ਇਹਦੇ ਵਿੱਚ। ਜਦੋਂ ਦੂਰੀ ਸੇਮ ਦਿੱਤੀ ਹੋਵੇ ਤਾਂ ਤੁਸੀਂ ਇਹ ਕਨਸੈਪਟ ਲਗਾਉਣਾ, ਟੂ ਐਕਸ ਵਾਈ ਅਪੋਨ ਐਕਸ ਪਲੱਸ ਵਾਈ। ਠੀਕ ਹੈ, ਕਰਕੇ ਦੇਖ ਲਓ ਇਹ ਕਨਸੈਪਟ ਲਗਾ ਕੇ, ਪਹਿਲਾ ਅਤੇ ਦੂਸਰਾ ਸਵਾਲ ਤੁਹਾਡਾ ਆਨਸਰ ਸੇਮ ਤੁਹਾਨੂੰ ਮਿਲ ਜੂਗਾ। ਠੀਕ ਹੈ, ਐਵਰੇਜ ਸਪੀਡ ਤੁਹਾਨੂੰ ਮਿਲ ਜੂਗੀ, ਪਰ ਮੈਂ ਇਹਦਾ ਪਰੂਫ ਕਰਾ ਰਹੀ ਹਾਂ ਕਿ ਕਿਵੇਂ ਐਵਰੇਜ ਸਪੀਡ ਸਾਡੇ ਕੋਲ ਟੂ ਐਕਸ ਵਾਈ ਅਪੋਨ ਐਕਸ ਪਲੱਸ ਵਾਈ ਬਣਦੀ ਆ, ਵਿਦ ਲੋਜਿਕ ਬਣਦੀ ਆ, ਕੋਈ ਸ਼ੋਰਟ ਟ੍ਰਿਕ ਨਹੀਂ ਗਈ ਇਹ। ਠੀਕ ਹੈ, ਤਾਂ ਇਹਦੇ ਵਿੱਚ ਕੀ ਆ ਕਿ ਜੇ ਤੁਹਾਨੂੰ ਇਸ ਮਤਲਬ ਕਿ ਲੋਜਿਕ ਪਤਾ ਲੱਗ ਗਿਆ, ਉਸ ਤੋਂ ਬਾਅਦ ਤੁਸੀਂ ਇਸ ਕਨਸੈਪਟ ਨੂੰ ਧਿਆਨ ਦੇ ਵਿੱਚ ਰੱਖਦੇ ਹੋ, ਤਾਂ 2 ਸੈਕਿੰਡ ਦੇ ਵਿੱਚ ਤੁਸੀਂ ਸਮ ਸੋਲਵ ਕਰ ਸਕਦੇ ਹੋ ਪੇਪਰ ਦੇ ਵਿੱਚ। ਹਾਂਜੀ, ਹੁਣ ਦੇਖੋ ਅਸੀਂ ਕੀ ਪਤਾ ਕਰਨਾ, ਐਵਰੇਜ ਸਪੀਡ ਪਤਾ ਕਰਨੀ ਆ। ਐਵਰੇਜ ਸਪੀਡ ਪਤਾ ਕਰਨ ਦੇ ਲਈ ਸਾਡੇ ਕੋਲ ਉੱਪਰ ਕੀ ਹੋਣਾ ਚਾਹੀਦਾ, ਨਿਊਮੀਨੇਟਰ ਦੇ ਵਿੱਚ ਹੋਣਾ ਚਾਹੀਦਾ ਟੋਟਲ ਡਿਸਟੈਂਸ। ਟੋਟਲ ਡਿਸਟੈਂਸ ਕਿੰਨਾ ਵਾ? ਡੀ ਆ। ਉਹ ਜਾਂਦੇ ਸਮੇਂ ਡੀ ਡਿਸਟੈਂਸ ਕਵਰ ਕਰਦਾ ਅਤੇ ਆਉਂਦੇ ਸਮੇਂ ਵੀ ਡੀ ਡਿਸਟੈਂਸ ਕਵਰ ਕਰ ਰਿਹਾ, ਤਾਂ ਟੋਟਲ ਕਿੰਨਾ ਹੋ ਗਿਆ? 2D। ਤਾਂ ਉੱਪਰ ਆ ਗਿਆ ਜੀ 2D, ਹੇਠਾਂ ਤੁਹਾਡੇ ਕੋਲ ਡਿਨੋਮੀਨੇਟਰ ਦੇ ਵਿੱਚ ਆ ਜਾਣਾ ਟੋਟਲ ਟਾਈਮ, ਮਤਲਬ T1 ਪਲੱਸ T2। T1 ਕੀ ਆ? D ਅਪੋਨ S1 ਪਲੱਸ D ਅਪੋਨ S2। ਠੀਕ ਹੈ, ਤਾਂ D ਆ ਜਿਹੜਾ 2D, D ਮੈਂ ਕੋਮਨ ਕੱਢਿਆ, S1 ਕੀ ਆ ਤੁਹਾਡੇ ਕੋਲ? X ਆ, ਅਤੇ S2 ਕੀ ਆ ਤੁਹਾਡੇ ਕੋਲ? ਸਪੀਡ ਆਫ 2, ਉਹਦੀ ਆਉਣ ਸਮੇਂ ਦੀ ਜਿਹੜੀ ਸਪੀਡ ਆ ਉਹ ਹੈਗੀ ਆ ਜੀ Y। ਜਦੋਂ ਤੁਸੀਂ ਇਹਨੂੰ ਸੋਲਵ ਕੀਤਾ ਤਾਂ ਇੱਥੇ D ਨਾਲ D ਕੈਂਸਲ ਹੋ ਗਿਆ, 2XY, ਇਹਦਾ LCM ਲਓਗੇ, ਦੇਖੋ 1 upon X ਪਲੱਸ 1 upon Y, ਇਹ ਕੀ ਬਣ ਗਿਆ ਤੁਹਾਡੇ ਕੋਲ? ਐਕਸ ਪਲੱਸ ਵਾਈ ਅਪੋਨ ਐਕਸ ਵਾਈ, ਅਤੇ ਐਕਸ ਵਾਈ ਇੱਥੇ ਡਿਨੋਮੀਨੇਟਰ 'ਚ ਪਏ ਆ, ਉੱਪਰ ਜਾ ਕੇ ਕੀ ਹੋ ਜਾਣਗੇ? ਮਲਟੀਪਲਾਈ ਡਿਵਾਈਡਡ ਬਾਈ ਐਕਸ ਪਲੱਸ ਵਾਈ। ਇਹ ਆ ਜੀ ਸ਼ੋਰਟ ਟ੍ਰਿਕ, ਜਿਹੜੀ ਵਿਦ ਲੋਜਿਕ ਮੈਂ ਤੁਹਾਨੂੰ ਪਰੂਫ ਕਰਕੇ ਦਿਖਾਈ ਆ ਕਿ ਇੱਕ ਸ਼ੋਰਟ ਟ੍ਰਿਕ ਨਹੀਂ ਬਲਕਿ ਇੱਕ ਟ੍ਰੈਡੀਸ਼ਨਲ ਮੈਥਡ ਆ, ਜਿਹੜੀ ਇਹਦੇ ਵਿੱਚੋਂ ਹੀ ਕੱਢ ਕੇ ਤੁਹਾਨੂੰ ਸਿਖਾ ਦਿੱਤੀ ਜਾਂਦੀ ਆ ਕਿ 2XY ਅਪੋਨ ਐਕਸ ਪਲੱਸ ਵਾਈ। ਜਦੋਂ ਦੂਰੀ ਸੇਮ ਦਿੱਤੀ ਹੋਵੇ ਤੁਸੀਂ ਇਹ ਵਾਲਾ ਕੰਸੈਪਟ ਅਪਲਾਈ ਕਰ ਸਕਦੇ ਹੋ, ਜੇਕਰ ਤੁਸੀਂ ਇਹਨੂੰ ਧਿਆਨ 'ਚ ਰੱਖਦੇ ਹੋ। ਜੇਕਰ ਤੁਹਾਨੂੰ ਦੂਰੀ ਸੇਮ ਦਿੱਤੀ ਹੋਈ ਆ ਪਰ ਤੁਹਾਨੂੰ ਕੰਸੈਪਟ ਭੁੱਲ ਗਿਆ ਇਹ ਵਾਲਾ, ਤਾਂ ਫਿਰ ਤੁਸੀਂ ਸੇਮ ਇਹ ਕੰਸੈਪਟ ਲਗਾ ਸਕਦੇ ਹੋ, ਐਵਰੇਜ ਸਪੀਡ ਬਰਾਬਰ ਟੋਟਲ ਡਿਸਟੈਂਸ ਅਪੋਨ ਟੋਟਲ ਟਾਈਮ, ਟਾਈਮ ਤੁਸੀਂ ਕੱਢ ਸਕਦੇ ਹੋ। ਠੀਕ ਹੈ, ਦੂਰੀ ਤੁਸੀਂ ਕੋਈ ਨਾ ਕੋਈ ਮੰਨ ਲਓ ਐਕਸ, ਕਿਉਂਕਿ ਉਹਨੇ ਕੈਂਸਲ ਹੀ ਹੋ ਜਾਣਾ, ਚਾਹੇ ਐਕਸ ਮੰਨ ਲਓ ਚਾਹੇ ਵਾਈ, ਸਪੀਡ ਤੁਹਾਨੂੰ ਦਿੱਤੀ ਹੋਵੇਗੀ ਅਤੇ ਐਵਰੇਜ ਸਪੀਡ ਤੁਸੀਂ ਪਤਾ ਕਰਨੀ ਆ। ਹੁਣ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਟ੍ਰਿਕ ਪਤਾ ਲੱਗ ਗਈ ਹੋਵੇਗੀ, ਜਲਦੀ ਨਾਲ ਅਪਲਾਈ ਕਰ ਦਿਓ। ਐਕਸ ਕੀ ਆ? ਸਪੀਡ ਆਫ 1, ਵਾਈ ਕੀ ਆ? ਸਪੀਡ ਆਫ 2। ਠੀਕ ਹੈ, ਤਾਂ ਅਪਲਾਈ ਕਰ ਦਿਓ, ਆਨਸਰ ਤੁਹਾਡੇ ਸਾਹਮਣੇ ਆ, ਜ਼ਿਆਦਾ ਪੜ੍ਹਨ ਦੀ ਵੀ ਜ਼ਰੂਰਤ ਨਹੀਂ ਪੈਂਦੀ ਸਾਨੂੰ। ਜਦੋਂ ਪਤਾ ਲੱਗ ਗਿਆ ਕਿ ਨਿਸ਼ਚਿਤ ਦੂਰੀ ਲਿਖਿਆ, ਮਤਲਬ ਦੂਰੀ ਸੇਮ ਆ, ਦੂਰੀ ਆਉਣ ਅਤੇ ਜਾਣ ਦੀ ਕੀ ਆ? ਸੇਮ ਆ। ਨੋਟ ਕਰ ਲਓ ਇੱਥੇ ਕਿ ਜਦੋਂ ਦੂਰੀ ਸੇਮ ਦਿੱਤੀ ਹੋਵੇ, ਜਦੋਂ ਦੂਰੀ ਨਿਸ਼ਚਿਤ ਦਿੱਤੀ ਹੋਵੇ, ਯਾਨੀ ਕਿ ਸੇਮ ਦਿੱਤੀ ਹੋਵੇ, ਇਫ ਡਿਸਟੈਂਸ ਇਜ ਸੇਮ, ਦੈਨ ਵੀ ਵਿਲ ਅਪਲਾਈ ਦਿਸ ਟ੍ਰਿਕ। ਤਾਂ ਐਵਰੇਜ ਸਪੀਡ ਇਹਨੂੰ ਤੁਸੀਂ ਲਿਖ ਸਕਦੇ ਹੋ ਔਸਤ ਗਤੀ, ਔਸਤ ਗਤੀ। ਕਲੀਅਰ? ਹਾਂਜੀ, ਹੁਣ ਇੱਕ ਕਾਰ ਆ 60 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਦੇ ਨਾਲ ਉਹ ਚੱਲ ਰਹੀ ਆ, ਮਤਲਬ ਇੱਥੇ ਮੇਰੇ ਕੋਲ ਐਕਸ ਕੀ ਦਿੱਤਾ ਹੋਇਆ ਵਾ? 60 ਕਿਲੋਮੀਟਰ ਪ੍ਰਤੀ ਘੰਟਾ। ਐਕਸ ਹੈਗੀ ਆ ਸਪੀਡ ਆਫ 1,
ਫਿਰ ਜਦੋਂ ਉਹ ਵਾਪਸ ਆ ਰਹੀ ਆ ਤਾਂ ਉਹਦੀ ਸਪੀਡ ਵੱਧ ਗਈ ਆ, 40 ਕਿਲੋਮੀਟਰ ਪ੍ਰਤੀ ਘੰਟਾ ਹੋ ਗਈ। ਸਪੀਡ ਕਿੰਨੀ ਹੋ ਗਈ? 40 ਕਿਲੋਮੀਟਰ ਪ੍ਰਤੀ ਘੰਟਾ ਗਤੀ ਨਾਲ ਉਹ ਵਾਪਸ ਆ ਰਹੀ ਆ। ਕਾਰ ਦੀ ਔਸਤ ਗਤੀ ਪਤਾ ਕਰੋ। ਇੱਥੇ ਤੁਸੀਂ ਕੀ ਪਤਾ ਕਰਨੀ ਆ? ਕਾਰ ਦੀ ਔਸਤ ਗਤੀ। ਔਸਤ ਗਤੀ ਬਾਰੇ ਮੈਂ ਤੁਹਾਨੂੰ ਦੱਸ ਦਿੱਤਾ, ਕਨਸੈਪਟ ਹੈਗਾ 2x। 2x ਮਤਲਬ 2 ਨਾਲ x ਗੁਣਾ ਹੋ ਰਿਹਾ ਵਾ, ਠੀਕ ਹੈ। 2 ਗੁਣਾ 60 ਗੁਣਾ 22 ਯਾਨੀ ਕਿ 40 ਵਟੇ ਚ 60 ਪਲੱਸ 40 ਹੇਠਾਂ ਕੀ ਆ? ਇਹਨਾਂ ਨੂੰ ਜੋੜ ਕਰ ਦੇਣਾ, ਉੱਪਰ ਗੁਣਾ ਕਰ ਦੇਣਾ ਵਾ ਅਤੇ ਗੁਣਾ ਕਰ ਦੇਣਾ ਵਾ 2 ਨਾਲ ਬਾਅਦ ਵਿੱਚ, ਠੀਕ ਹੈ। ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਤਾਂ 2 ਗੁਣਾ 60 ਗੁਣਾ 40 ਵਟਾ 100 ਵਟਾ ਕਿੰਨਾ ਆ ਗਿਆ? 100। 2 0 ਨਾਲ 2 0 ਕੱਟ ਹੋ ਗਈਆਂ ਇੱਥੇ। 6 ਦੂਣੀ 12, 12 ਚੌਕ 48। 48 ਕਿਲੋਮੀਟਰ ਉਹਦਾ ਡਿਸਟੈਂਸ ਆ ਜਿਹੜਾ ਉਹ ਕਵਰ ਕਰ ਰਹੀ ਆ, 48 ਕਿਲੋਮੀਟਰ ਪ੍ਰਤੀ ਘੰਟਾ ਉਹਦੀ ਐਵਰੇਜ ਸਪੀਡ ਆ। ਕਿੰਨੀ ਸਪੀਡ ਆ? 48 ਕਿਲੋਮੀਟਰ ਪ੍ਰਤੀ ਘੰਟਾ। ਆਪਸ਼ਨ ਬੀ ਇੱਥੇ ਰਾਈਟ ਆਨਸਰ ਹੈ। ਸੇਮ ਤੁਹਾਡੇ ਕੋਲ ਦੂਸਰਾ ਸਮ ਲਿਖਿਆ ਹੋਇਆ, ਚਾਹੇ ਬੱਸ ਦਿੱਤੀ ਆ ਚਾਹੇ ਕਾਰ ਦਿੱਤੀ ਆ, ਦੂਰੀ ਤਾਂ ਕੋਈ ਨਾ ਕੋਈ ਸੇਮ ਹੋ ਹੀ ਰਹੀ ਆ ਕਵਰ। ਤਾਂ ਇਸ ਕਰਕੇ ਐਵਰੇਜ ਸਪੀਡ ਦੋਨਾਂ ਦੀ ਪਤਾ ਕਰਨੀ ਹੈ ਕਿ ਐਵਰੇਜ ਸਪੀਡ ਕੀ ਆ। ਇੱਕ ਬੱਸ ਦੀ ਦਿੱਤੀ ਹੋਈ ਆ ਜੀ, ਔਸਤ ਦੂਰੀ ਦਾ ਇੱਥੇ ਫਾਰਮੂਲਾ ਵਾ। ਮੈਂ ਫਾਰਮੂਲਾ ਲਿਖਦੀ ਹਾਂ, ਤੁਸੀਂ ਜਲਦੀ ਨਾਲ ਅਗਲਾ ਸਮ ਕਰਕੇ ਆਪਣਾ ਆਨਸਰ ਕਮੈਂਟ ਬਾਕਸ ਦੇ ਵਿੱਚ ਸੈਂਡ ਕਰੋ। ਔਸਤ ਦੂਰੀ 2xy ਅਪੋਨ x+y ਕਿਲੋਮੀਟਰ ਪ੍ਰਤੀ ਘੰਟਾ ਜਾਂ ਮੀਟਰ ਪਰ ਸੈਕਿੰਡ, ਜੋ ਵੀ ਕੰਡੀਸ਼ਨ ਦਿੱਤੀ ਆ। ਇੱਕ ਵਿਅਕਤੀ ਬੱਸ ਦੁਆਰਾ 45 ਕਿਲੋਮੀਟਰ ਦੀ ਚਾਲ ਕਿਸੇ ਨਿਸ਼ਚਿਤ ਦੂਰੀ ਨਾਲ ਤੈਅ ਕਰਦਾ ਹੈ। ਬੱਸ ਦੁਆਰਾ ਕਰ ਰਿਹਾ ਵਾ, ਬੱਸ ਦੀ ਸਪੀਡ ਕਿੰਨੀ ਆ? 45 ਸਪੀਡ ਆਫ ਬੱਸ, ਠੀਕ ਹੈ। ਸਪੀਡ ਆਫ ਬੱਸ ਦੀ ਸਪੀਡ ਕਿੰਨੀ ਆ? 45 ਕਿਲੋਮੀਟਰ ਪ੍ਰਤੀ ਘੰਟਾ। ਅਤੇ 80 ਕਿਲੋਮੀਟਰ ਪ੍ਰਤੀ ਘੰਟੇ ਦੀ ਚਾਲ ਨਾਲ ਕਾਰ ਦੁਆਰਾ ਵਾਪਸ ਆਉਂਦਾ। ਹੁਣ ਉਹ ਕਾਰ ਦੁਆਰਾ ਆਪਣੇ ਘਰ ਵਾਪਸ ਆ ਰਿਹਾ ਵਾ ਚਾਹੇ ਆਫਿਸ ਵਾਪਸ ਜਾ ਰਿਹਾ ਵਾ, ਤਾਂ ਇਹਦੇ ਵਿੱਚ ਕੀ ਆ? 80 ਕਿਲੋਮੀਟਰ ਦੀ ਸਪੀਡ ਆ ਕਿਹਦੀ? ਆ ਕਾਰ ਦੀ। ਸਪੀਡ ਆਫ ਕਾਰ ਕਿੰਨੀ ਆ? 80 ਕਿਲੋਮੀਟਰ ਪ੍ਰਤੀ ਘੰਟਾ। ਤਾਂ ਐਵਰੇਜ ਸਪੀਡ ਦੇਖਣੀ ਆ ਜੀ ਦੋਵਾਂ ਦੀ। ਐਵਰੇਜ ਸਪੀਡ ਕੀ ਆ? ਜਦੋਂ ਇਹਨਾਂ ਦੀ ਐਵਰੇਜ ਸਪੀਡ ਦੇਖਣੀ ਆ ਤਾਂ ਦੂਰੀ ਦੇਖੋ, ਨਿਸ਼ਚਿਤ ਆ ਮਤਲਬ ਸੇਮ ਦਿੱਤੀ ਹੋਈ ਆ, ਦੂਰੀ ਸੇਮ ਕਵਰ ਕਰ ਰਿਹਾ ਵਾ, ਦੂਰੀ ਸੇਮ ਕਵਰ ਕਰ ਰਿਹਾ। ਤਾਂ ਤੁਸੀਂ ਇਹ ਵਾਲੀ ਟ੍ਰਿਕ ਅਪਲਾਈ ਕਰ ਦਿਓ, ਇਹ ਵਾਲੀ ਟ੍ਰਿਕ ਅਪਲਾਈ ਕਰੋਗੇ ਤੁਹਾਡੇ ਕੋਲ ਐਵਰੇਜ ਸਪੀਡ ਆ ਜਾਣੀ ਆ, ਠੀਕ ਹੈ। ਐਵਰੇਜ ਸਪੀਡ ਕੀ ਆ? 2 ਗੁਣਾ 45 ਗੁਣਾ 80 ਵਟਾ 80 ਪਲੱਸ 45। 80ਆਂ ਦੇ ਵਿੱਚ ਤੁਸੀਂ 45 ਜੋੜੇ, ਇਹ ਤੁਹਾਡੇ ਕੋਲ ਬਣ ਗਿਆ ਜੀ 125। 2 ਗੁਣਾ 45 ਗੁਣਾ 80, ਠੀਕ ਹੈ, ਗੁਣਾ 80। 5 ਦੇ ਪਹਾੜੇ 'ਤੇ ਮੈਂ ਕੱਟ ਕੀਤਾ, 1 ਪੰਜਾ 5 6 5 30 16 5 80 ਹੁੰਦੇ ਆ, ਠੀਕ ਹੈ। 25 5 125 ਹੁੰਦੇ ਆ। ਉਸ ਤੋਂ ਬਾਅਦ 5 ਦੇ ਪਹਾੜੇ 'ਤੇ ਕੱਟ ਕੀਤਾ, ਇੱਥੇ ਆ ਗਿਆ ਜੀ 5 ਅਤੇ ਇੱਥੇ ਆ ਗਿਆ ਮੇਰੇ ਕੋਲ 9, ਠੀਕ ਹੈ 9। ਫਿਰ ਉਸ ਤੋਂ ਬਾਅਦ ਤੁਹਾਡੇ ਕੋਲ ਕੀ ਬਣਿਆ? ਇੱਥੇ 16 ਨੂੰ 2 ਨਾਲ ਗੁਣਾ ਕੀਤਾ, 16 ਨੂੰ 2 ਨਾਲ ਗੁਣਾ ਕੀਤਾ 32 ਆ ਗਿਆ। ਗੁਣਾ ਕਰਨਾ 9 ਨਾਲ, 9 ਦੂਣੀ 18, 9 3 27 ਅਤੇ 2 28, 288 ਵਟਾ 5। ਜਦੋਂ ਤੁਸੀਂ 5 'ਤੇ ਡਿਵਾਈਡ ਕਰੋਗੇ ਤਾਂ 5 5 25, 7 5 35, 6 5 30 ਕਿਲੋਮੀਟਰ ਪ੍ਰਤੀ ਘੰਟਾ ਐਵਰੇਜ ਸਪੀਡ ਆ ਜਾਣੀ ਆ। ਕਿਲੋਮੀਟਰ ਪ੍ਰਤੀ ਘੰਟਾ ਐਵਰੇਜ ਸਪੀਡ ਆ ਗਈ 57.6 ਕਿਲੋਮੀਟਰ ਪ੍ਰਤੀ ਘੰਟਾ ਐਵਰੇਜ ਸਪੀਡ ਬਣ ਰਹੀ ਆ। ਹੁਣ ਜਿਹੜੇ ਸਟੂਡੈਂਟਸ ਟ੍ਰਿਕ ਯਾਦ ਨਹੀਂ ਰੱਖ ਸਕਦੇ ਕਿ 2xy ਅਪੋਨ x+y, ਕਈ ਇੱਦਾਂ ਦੇ ਵੀ ਹੁੰਦੇ ਆ ਜਿਨ੍ਹਾਂ ਦੇ ਮਾਈਂਡ ਦੇ ਵਿੱਚ ਟ੍ਰਿਕ ਨਹੀਂ ਰਹਿੰਦੀ, ਤਾਂ ਉਹ ਕੀ ਕਰ ਸਕਦੇ ਆ? ਉਹ ਟ੍ਰੈਡੀਸ਼ਨਲ ਮੈਥਡ ਲਾ ਸਕਦੇ ਆ। ਟ੍ਰੈਡੀਸ਼ਨਲ ਮੈਥਡ ਦੇ ਵਿੱਚ ਮੈਂ ਤੁਹਾਨੂੰ ਕੀ ਦੱਸਿਆ ਉਹ ਵੀ ਕਰਕੇ ਦਿਖਾ ਦਿੰਦੀ ਹਾਂ ਇੱਥੇ। ਹਾਂਜੀ, ਟ੍ਰੈਡੀਸ਼ਨਲ ਮੈਥਡ ਦੇ ਵਿੱਚ ਮੈਂ ਤੁਹਾਨੂੰ ਕੀ ਦੱਸਿਆ ਕਿ ਸਾਨੂੰ, ਅਸੀਂ ਦੂਰੀ ਮੰਨ ਲੈਂਦੇ ਹਾਂ ਕਿ ਦੂਰੀ ਆ ਜਿਹੜੀ, ਜਿਹੜਾ ਵੀ ਵਿਅਕਤੀ ਆ
ਉਹ ਬੱਸ ਦੁਆਰਾ ਸਫ਼ਰ ਕਰ ਰਿਹਾ ਵਾ, ਕੋਈ ਨਿਸ਼ਚਿਤ ਦੂਰੀ ਕਵਰ ਕਰ ਰਿਹਾ। ਮੈਂ ਦੂਰੀ ਮੰਨ ਲੈਂਦੀ ਹਾਂ ਐਕਸ ਆ, ਠੀਕ ਹੈ। ਦੂਰੀ ਫਿਰ ਜਦੋਂ ਵਾਪਸ ਜਾਊਗਾ, ਦੂਰੀ ਤਾਂ ਉਦੋਂ ਵੀ ਐਕਸ ਹੀ ਰਹਿਣੀ ਆ, ਚਾਹੇ ਕਾਰ ਨਾਲ ਜਾਵੇ ਚਾਹੇ ਮੋਟਰਸਾਈਕਲ ਨਾਲ ਜਾਵੇ, ਦੂਰੀ ਤਾਂ ਸੇਮ ਰਹਿਣੀ ਆ। ਤਾਂ ਇੱਥੇ ਅਸੀਂ ਕੀ ਕਰਾਂਗੇ, ਟਾਈਮ ਕੱਢ ਲਾਂਗੇ, ਮਤਲਬ ਕਿ ਜਦੋਂ ਬੱਸ 'ਤੇ ਜਾ ਰਿਹਾ ਤਾਂ ਟਾਈਮ ਕਿੰਨਾ ਲੱਗ ਰਿਹਾ, ਇਸ ਕਰਕੇ ਮੈਂ TB ਲਿਖ ਰਹੀ ਹਾਂ, ਠੀਕ ਹੈ। ਤਾਂ TB ਦਾ ਮਤਲਬ ਕੀ ਹੈ, ਡਿਸਟੈਂਸ ਅਪੋਨ ਸਪੀਡ ਆਫ ਬੱਸ। ਡਿਸਟੈਂਸ ਕਿੰਨਾ ਵਾ ਐਕਸ ਆ, ਸਪੀਡ ਆਫ ਬੱਸ ਕਿੰਨੀ ਆ, 45 ਆ, ਠੀਕ ਹੈ। ਸੇਮ ਇਸੇ ਤਰ੍ਹਾਂ ਡਿਸਟੈਂਸ ਆਫ ਕਾਰ, ਟਾਈਮ ਤੁਸੀਂ ਕਾਰ ਦਾ ਕੱਢ ਸਕਦੇ ਹੋ ਕਿ ਕਾਰ ਦੁਆਰਾ ਉਹਨੂੰ ਕਿੰਨਾ ਟਾਈਮ ਲੱਗੂਗਾ, ਐਕਸ ਵਟਾ 80 ਘੰਟਿਆਂ ਦਾ ਉਹਨੂੰ ਟਾਈਮ ਲੱਗੂਗਾ ਕਾਰ ਦੁਆਰਾ, ਠੀਕ ਹੈ। ਕਿਉਂਕਿ ਟਾਈਮ ਦੇਖੋ, ਜਿਹੜਾ ਡਿਸਟੈਂਸ ਆ ਉਹ ਕੀ ਹੁੰਦਾ, ਸਪੀਡ ਇੰਟੂ ਟਾਈਮ। ਤਾਂ ਇਹਦੇ 'ਚੋਂ ਜਦੋਂ ਮੈਂ ਟਾਈਮ ਕੱਢੂੰਗੀ ਤਾਂ ਬਣ ਗਿਆ ਡਿਸਟੈਂਸ ਅਪੋਨ ਸਪੀਡ, ਕਿਉਂਕਿ ਸਪੀਡ ਦੂਸਰੇ ਪਾਸੇ ਜਾ ਕੇ ਕੀ ਹੋ ਜਾਣੀ ਆ, ਡਿਵਾਈਡ ਹੋ ਜਾਣੀ ਆ। ਅਤੇ ਇਸ ਤੋਂ ਬਾਅਦ ਤੁਸੀਂ ਦੇਖੋਗੇ ਕਿ ਐਵਰੇਜ ਸਪੀਡ ਅਸੀਂ ਪਤਾ ਕਰਨੀ ਆ, ਐਵਰੇਜ ਸਪੀਡ ਅਸੀਂ ਪਤਾ ਕਰਨੀ ਆ। ਤਾਂ ਇਹਦੇ ਵਿੱਚ ਉੱਪਰ ਕੀ ਰੱਖਦੇ ਹਾਂ, ਟੋਟਲ ਡਿਸਟੈਂਸ ਹੇਠਾਂ ਰੱਖਦੇ ਹੁੰਦੇ ਆ ਤੁਸੀਂ ਡਿਨੋਮੀਨੇਟਰ ਦੇ ਵਿੱਚ, ਟੋਟਲ ਸਮਾਂ ਯਾਨੀ ਕਿ ਟੋਟਲ ਟਾਈਮ। ਤਾਂ ਹੁਣ ਟੋਟਲ ਡਿਸਟੈਂਸ ਕਿੰਨਾ ਵਾ, ਐਕਸ ਪਲੱਸ ਐਕਸ ਕਿੰਨਾ ਬਣ ਗਿਆ, 2x, ਚਾਹੇ ਐਕਸ ਪਲੱਸ ਐਕਸ ਲਿਖ ਲਓ। ਅਤੇ ਟੋਟਲ ਸਪੀਡ ਕਿੰਨੀ, ਟੋਟਲ ਟਾਈਮ ਕਿੰਨਾ ਵਾ, ਐਕਸ ਵਟਾ 45 ਪਲੱਸ ਐਕਸ ਵਟਾ 48 ਦਾ, ਕਿੰਨਾ ਵਾ, ਐਕਸ ਵਟਾ 45 ਪਲੱਸ ਐਕਸ ਵਟਾ 48 ਦਾ ਟੋਟਲ ਟਾਈਮ ਦਿੱਤਾ ਹੋਇਆ, ਠੀਕ ਹੈ। ਇਹਨੂੰ ਤੁਸੀਂ ਜਦੋਂ ਕਵਰ ਕਰੋਗੇ, ਇੱਥੇ ਤੁਹਾਡੇ ਕੋਲ ਬਣ ਗਿਆ 2x, ਇਹਨੂੰ ਜਦੋਂ ਤੁਸੀਂ ਕਵਰ ਕਰੋਗੇ, ਹਾਂਜੀ ਇਹਨੂੰ ਜਦੋਂ ਕਵਰ ਕਰੋਗੇ ਤਾਂ ਇੱਥੇ ਤੁਹਾਡੇ ਕੋਲ ਬਣ ਜਾਣਾ ਐਕਸ, ਮੈਂ ਕੋਮਨ ਕੱਢ ਲਿਆ, 1/45 ਪਲੱਸ 1/48। ਹੁਣ 1/45 ਪਲੱਸ 1/48 ਆ, ਤਾਂ ਇਹਦੇ ਵਿੱਚ 45 ਅਤੇ 48 ਦਾ ਐਲਸੀਅਮ ਲੈਣਾ ਪੈਣਾ, 45 ਅਤੇ 48 ਦਾ ਐਲਸੀਅਮ ਲੈਣਾ ਪੈਣਾ। ਐਲਸੀਅਮ ਤੁਸੀਂ ਇਸ ਤਰ੍ਹਾਂ ਲੈ ਸਕਦੇ ਹੋ, ਪਹਿਲਾਂ 3 'ਤੇ ਜਾਊਗਾ, 1 30 5 30 15, 15 30 45 ਹੁੰਦਾ, 16 30 48 ਹੁੰਦਾ, ਠੀਕ ਹੈ। ਫਿਰ ਤੁਸੀਂ ਫਿਰ 3 'ਤੇ ਗਿਆ, ਫਿਰ ਇਹ 5 'ਤੇ ਜਾਊਗਾ, ਅਤੇ ਇੱਥੇ ਆ ਜਾਣਾ ਤੁਹਾਡੇ ਕੋਲ 16। ਉਸ ਤੋਂ ਬਾਅਦ ਜੀ ਫਿਰ 5 'ਤੇ ਜਾਊਗਾ, ਇੱਥੇ ਆ ਜਾਣਾ 1, ਅਤੇ ਇੱਥੇ ਆ ਜਾਣਾ 16, ਇੱਥੇ ਫਿਰ ਤੁਹਾਡੇ ਕੋਲ 16 ਰਹਿ ਜਾਣਾ, ਠੀਕ ਹੈ। 16 ਨੂੰ ਅਸੀਂ ਐਜ਼ ਇਟ ਇਜ਼ ਹੀ ਕਰ ਸਕਦੇ ਹਾਂ, ਕੋਈ ਹੋਰ ਨੰਬਰ 'ਤੇ ਕਰਾਂਗੇ ਛੋਟੇ ਤੋਂ ਛੋਟੇ, ਤਾਂ ਵੀ 16 ਹੀ ਬਣਨਾ ਵਾ। 16 5 80, 80 30 240, 240 30 240 30 ਕਿੰਨੇ ਹੋਣਗੇ, 0 4 30 12, 3 2 6 ਅਤੇ 1 7, 720। ਕਵਰ ਕਰਕੇ ਦੇਖ ਲਓ, 16 5 80, 8 30 24 ਹੁੰਦੇ ਆ, ਨਾਲ 0 ਆ, ਗੁਣਾ ਕਰਨਾ 3 ਨਾਲ, ਠੀਕ ਹੈ। 4 3 12, 3 2 6 ਅਤੇ 1 7, 720 ਕਿੰਨਾ ਆ ਗਿਆ ਤੁਹਾਡੇ ਕੋਲ ਐਲਸੀਅਮ। ਐਕਸ ਨਾਲ ਐਕਸ ਕੈਂਸਲ ਹੋ ਗਿਆ, ਇੱਥੇ ਬਣ ਗਿਆ ਜੀ 2/2। ਹੁਣ ਦੇਖੋ ਇੱਥੇ 45 ਆ, ਤਾਂ 5 3 15, 15 30 45 ਕਿਹਦੇ ਨਾਲ ਮਲਟੀਪਲਾਈ ਕਰੋਗੇ, 16 ਨਾਲ। ਤਾਂ ਇੱਥੇ ਆ ਗਿਆ 16/720, ਠੀਕ ਹੈ। 720 ਬਣਾਉਣ ਦੇ ਲਈ 16 ਨਾਲ ਮਲਟੀਪਲਾਈ ਕਰੋਗੇ ਤਾਂ 16 ਨਾਲ ਹੀ ਉੱਪਰ ਕਰਨੀ ਪੈਣੀ ਆ ਤੁਹਾਨੂੰ ਮਲਟੀਪਲੀਕੇਸ਼ਨ। ਫਿਰ 48, 16 30 48, 5 30 15, ਇਹ ਕਿਹਦੇ ਨਾਲ ਮਲਟੀਪਲਾਈ ਕਰੋਗੇ 720 ਬਣਾਉਣ ਲਈ, 15 ਦੇ ਨਾਲ, ਕਲੀਅਰ। ਹੁਣ 720 ਆ ਜਿਹੜਾ, ਇਹ ਕੀ ਹੈ ਤੁਹਾਡੇ ਕੋਲ ਡਿਨੋਮੀਨੇਟਰ ਦੇ ਵਿੱਚ ਆ ਜਾਣਾ, ਅਤੇ ਇਹ ਉੱਪਰ 2 ਨਾਲ ਮਲਟੀਪਲਾਈ ਹੋ ਜਾਣਾ, ਹੇਠਾਂ ਤੁਹਾਡੇ ਕੋਲ ਬਣ ਜਾਣਾ ਜੀ 16 + 15 ਕਿੰਨੇ ਹੁੰਦੇ ਆ, 31 ਹੁੰਦੇ ਆ। 16 + 15 ਕਿੰਨੇ ਹੁੰਦੇ ਆ, 31 ਹੁੰਦੇ ਆ। ਅਤੇ ਉਸ ਤੋਂ ਬਾਅਦ ਹੁਣ ਦੇਖੋ ਜਿਹੜਾ 31 ਆ, ਇਹਦੇ ਬਾਰੇ ਸਾਨੂੰ ਡਿਵਾਈਡ ਕਰਨਾ, ਥੋੜ੍ਹਾ ਜਿਹਾ ਕਟਿੰਗ ਕਰਨੀ ਔਖੀ ਲੱਗੂਗੀ। ਤਾਂ ਇਸ ਕਰਕੇ ਤੁਸੀਂ ਕੀ ਕਰਨਾ ਵਾ, ਡਾਇਰੈਕਟ ਇਹ ਸੋਚਣਾ ਨਹੀਂ, ਟਾਈਮ ਨਹੀਂ ਖਰਾਬ ਕਰਨਾ, ਮਲਟੀਪਲਾਈ ਕਰਕੇ 720 ਨੂੰ 2 ਨਾਲ 31 ਨਾਲ ਡਿਵਾਈਡ ਕਰ ਦਿਉ, 31 ਨਾਲ ਕੀ ਕਰ ਦਿਉ, ਡਿਵਾਈਡ ਕਰ ਦਿਉ, 1440। 31 5 ਕਿੰਨੇ ਹੁੰਦੇ ਆ,
31 ਪਾਂਜ਼ਾ ਹੁੰਦੇ ਆ ਜੀ 1440 ਇੱਕ ਮਿੰਟ 7 × 7 = 14 ਅਤੇ 1 = 15 ਨਹੀਂ ਠੀਕ ਸੀਗਾ ਇਹ ਠੀਕ ਹੈ ਜਦੋਂ ਅਸੀਂ 31 ਅਤੇ ਇਹਨੂੰ ਡਿਵਾਈਡ ਕੀਤਾ 31 ਦਾ ਥੋੜ੍ਹਾ ਟੇਬਲ ਲਿਖ ਲੈਂਦੇ ਹਾਂ 31 1 × 1 = 2 31 × 2 = 62 31 × 3 = 93 31 × 4 = 124 31 × 5 = 4 × 1 = 5 3 × 2 = 5 155 ਠੀਕ ਹੈ ਹੁਣ ਸਾਡਾ ਤਾਂ ਆਂਸਰ 57.6 ਆਇਆ ਸੀ ਦੇਖੋ ਜਦੋਂ ਅਸੀਂ ਇੱਦਾਂ ਟ੍ਰੈਡੀਸ਼ਨਲ ਮੈਥਡ ਨਾਲ ਕਰ ਰਹੇ ਹਾਂ ਤਾਂ ਕੈਲਕੂਲੇਸ਼ਨ ਕਿੰਨੀ ਲੈਂਥੀਜ ਆ ਰਹੀ ਆ ਠੀਕ ਹੈ ਕੈਲਕੂਲੇਸ਼ਨ ਲੈਂਥੀਜ਼ ਆ ਰਹੀ ਹੈ ਇੰਨਾ ਤਾਂ ਟਾਈਮ ਪੇਪਰ 'ਚ ਹੀ ਨਹੀਂ ਹੁੰਦਾ ਇਸ ਕਰਕੇ ਤੁਹਾਡੇ ਲਈ ਸ਼ੋਰਟ ਟ੍ਰਿਕ ਲੈ ਕੇ ਆਉਂਦੀ ਆ ਕਿ ਤੁਸੀਂ ਇਹਨੂੰ ਐਜ਼ ਅ ਟ੍ਰੈਡੀਸ਼ਨਲ ਮੈਥਡ ਹੀ ਸਮਝ ਕੇ ਕਰ ਸਕਦੇ ਹੋ ਅਪਲਾਈ ਠੀਕ ਹੈ ਤਾਂ ਦੇਖੋ ਹੁਣ x+x/(x/45) (x/48) ਇੱਥੋਂ ਇੱਕ ਵਾਰ ਕਵਰ ਕਰ ਲੈਂਦੇ ਹਾਂ 45 48 ਠੀਕ ਹੈ ਜੀ ਠੀਕ ਹੈ ਉਸ ਤੋਂ ਬਾਅਦ ਤੁਸੀਂ ਐਲਸੀਅਮ ਦੇਖਣਾ ਕਿ ਤੁਹਾਡਾ ਸਹੀ ਆ ਹਾਂਜੀ ਐਲਸੀਅਮ ਸਾਡਾ ਬਿਲਕੁਲ ਸਹੀ ਆ ਇੱਕ ਵਾਰ 31 'ਤੇ ਡਿਵਾਈਡ ਕਰਕੇ ਹੁਣ ਦੇਖ ਲੈਂਦੇ ਹਾਂ ਫਿਰ 31 'ਤੇ ਡਿਵਾਈਡ ਕਰਾਂਗੇ ਪਹਿਲਾਂ ਕਿਹਦੇ 'ਤੇ ਜਾ ਰਿਹਾ 4 'ਤੇ ਜਦੋਂ 4 'ਤੇ ਗਿਆ 124 ਆ ਗਿਆ 4 × 4 ਗਏ 0 2 ਇੱਥੇ ਆ ਗਈਆਂ ਜੀ ਤੁਹਾਡੇ ਕੋਲ 200 ਠੀਕ ਹੈ ਫਿਰ ਅਸੀਂ ਦੇਖਾਂਗੇ 31 ਨੂੰ 7 ਨਾਲ ਗੁਣਾ ਕਰਕੇ 7 ਨਾਲ ਮੈਂ ਗੁਣਾ ਕਰ ਰਹੀ ਹਾਂ ਤਾਂ ਮੈਨੂੰ ਪਤਾ ਲੱਗ ਰਿਹਾ 7 × 1 = 21 ਹੁੰਦੇ ਆ ਮਤਲਬ 217 ਬਣ ਗਿਆ ਮਤਲਬ ਇਹ ਕਿਹਦੇ 'ਤੇ ਜਾਊਗਾ 6 'ਤੇ ਜਾਊਗਾ 6 × 3 = 18 186 ਆ ਗਿਆ ਠੀਕ ਹੈ 46 ਪੁਆਇੰਟ ਬਣ ਰਿਹਾ 46 ਪੁਆਇੰਟ ਸਮਥਿੰਗ ਬਣ ਰਿਹਾ ਬਿਲਕੁਲ ਸਹੀ ਕੀਤਾ ਵਾ ਪਰ ਪਤਾ ਨਹੀਂ ਓਕੇ ਇੱਥੇ 45 ਆ ਅਤੇ ਇੱਥੇ 80 ਆ ਮੇਰੀ ਮਿਸਟੇਕ ਸੀਗੀ ਕਿ ਮੈਂ ਲਿਖਣ ਲੱਗੀ ਨੇ ਗਲਤੀ ਕਰਤੀ ਇੱਥੇ 45 ਆ ਅਤੇ ਇੱਥੇ 80 ਆ ਠੀਕ ਹੈ ਹੁਣ ਐਲਸੀਅਮ 'ਚ ਵੀ ਫਰਕ ਪੈ ਜਾਣਾ ਜੀ 45 ਅਤੇ 80 ਬਾਈ ਮਿਸਟੇਕ ਮੇਰੀ ਹੀ ਗਲਤੀ ਸੀ ਕੈਲਕੂਲੇਸ਼ਨ ਦੇ ਵਿੱਚ ਕਿਉਂਕਿ ਮੈਂ ਪੜ੍ਹਾਉਣ ਵੱਲ ਜ਼ਿਆਦਾ ਧਿਆਨ ਹੁੰਦਾ ਬੋਰਡ 'ਤੇ ਘੱਟ ਹੁੰਦਾ ਥੋੜ੍ਹਾ ਠੀਕ ਹੈ ਤਾਂ ਇੱਥੇ ਬਣ ਗਿਆ ਜੀ 2x/45 ਪਲੱਸ ਐਕਸ ਮੈਂ ਕੋਮਨ ਕੱਢ ਲਿਆ 1/45 ਪਲੱਸ 1/80 ਠੀਕ ਹੈ 1/45 ਪਲੱਸ 1/80 ਪਹਿਲਾਂ 3 'ਤੇ ਮਲਟੀਪਲਾਈ ਕਰਾਂਗੇ ਜਦੋਂ 3 'ਤੇ ਕੀਤਾ 15 × 3 = 45 ਹੁੰਦਾ ਫਿਰ ਅਸੀਂ 3 'ਤੇ ਹੀ ਕਰਾਂਗੇ ਇੱਥੇ ਆ ਗਿਆ 5 ਅਤੇ ਇੱਥੇ ਆ ਗਿਆ 80 ਠੀਕ ਹੈ ਫਿਰ ਅਸੀਂ 5 'ਤੇ ਕੀਤਾ ਤਾਂ ਇੱਥੇ ਆ ਗਿਆ ਸੀ 16 16 × 5 ਹੁੰਦਾ 80 ਉਸ ਤੋਂ ਬਾਅਦ ਤੁਹਾਡੇ ਕੋਲ 16 ਹੀ ਆਉਣਾ 16 × 5 = 80 80 × 30 ਐਲਸੀਅਮ ਸਾਡਾ ਸਹੀ ਆ ਕਿ 720 ਹੀ ਬਣਨਾ ਕਿੰਨਾ ਬਣਨਾ 720 ਹੀ ਬਣਨਾ ਤਾਂ 2 × 720 ਬਣ ਗਿਆ ਤੁਹਾਡੇ ਕੋਲ ਅੱਗੇ ਹੇਠਾਂ ਤੁਹਾਡੇ ਡਿਨੋਮੀਨੇਟਰ ਦੇ ਵਿੱਚ ਚੇਂਜਸ ਹੋਣਗੇ ਇੱਥੇ 45 ਬਣਾਉਣ ਲਈ ਤੁਸੀਂ ਕਿੰਨੇ ਨਾਲ ਮਲਟੀਪਲਾਈ ਕਰੋਗੇ 45 ਬਣਾਉਣ ਲਈ 5 × 3 = 15 15 × 3 = 45 16 ਨਾਲ ਮਲਟੀਪਲਾਈ ਕਰਾਂਗੇ ਅਤੇ 80 ਬਣਾਉਣ ਦੇ ਇੱਥੇ 80 ਆ 720 ਬਣਾਉਣ ਦੇ ਲਈ ਕਿੰਨੇ ਨਾਲ ਮਲਟੀਪਲਾਈ ਕਰਾਂਗੇ 80 ਨੂੰ 16 × 5 = 80 9 ਨਾਲ ਮਲਟੀਪਲਾਈ ਕਰਾਂਗੇ ਜੀ ਤਾਂ ਇੱਥੇ ਆ ਗਿਆ 25 2 × 720 / 25 ਜਦੋਂ ਅਸੀਂ 5 ਦੇ ਪਹਾੜੇ 'ਤੇ ਕੱਟ ਕੀਤਾ ਇੱਥੇ ਆ ਗਿਆ 5 1 × 5 = 5 4 × 5 = 20 ਫਿਰ ਤੁਹਾਡੇ ਕੋਲ ਜਾਊਗਾ ਜੀ 4 × 5 = 20 ਠੀਕ ਹੈ 144 4 × 4 = 8 4 × 4 = 8 285 ਨੂੰ ਤੁਸੀਂ 288 ਨੂੰ 5 'ਤੇ ਡਿਵਾਈਡ ਕੀਤਾ ਤਾਂ 57.6% ਆਂਸਰ ਆਪਸ਼ਨ ਏ 'ਚ ਪਿਆ ਵਾ ਟ੍ਰੈਡੀਸ਼ਨਲ ਮੈਥਡ ਨਾਲ ਵੀ ਗਲਤ ਨਹੀਂ ਹੁੰਦਾ ਬਸ ਕੈਲਕੂਲੇਸ਼ਨ ਥੋੜ੍ਹੀ ਹਾਈ ਚਲੀ ਜਾਂਦੀ ਆ ਇਸ ਕਰਕੇ ਤੁਹਾਨੂੰ ਕਰਕੇ ਦਿਖਾਇਆ ਵਾ ਕਿ ਤੁਸੀਂ ਜਿਹੜੇ ਸਟੂਡੈਂਟਸ ਕੰਸੈਪਟ ਯਾਦ ਨਹੀਂ ਰੱਖਣਾ ਚਾਹੁੰਦੇ
ਤਾਂ ਉਹਨਾਂ ਨੂੰ ਕਿਸ ਤਰ੍ਹਾਂ ਦੀ ਪ੍ਰੋਬਲਮ ਆ ਸਕਦੀ ਆ। ਵੈਸੇ ਤਾਂ ਕੋਈ ਪ੍ਰੋਬਲਮ ਨਹੀਂ ਜੇ ਤੁਹਾਡੀ ਕੈਲਕੂਲੇਸ਼ਨ ਕੋਈ ਫਾਸਟ ਹੈਗੀ ਆ, ਤਾਂ ਅੱਗੇ ਅਸੀਂ ਨੈਕਸਟ ਸਮ ਕਰਦੇ ਹਾਂ ਸੇਮ ਇਹਦੇ ਨਾਲ ਦਾ ਜੀ। ਨੈਕਸਟ ਸਮ ਤੁਸੀਂ ਦੇਖ ਸਕਦੇ ਹੋ ਸੇਮ ਉਹਦੇ ਨਾਲ ਦਾ ਸਮ ਆ, ਥੋੜ੍ਹੀ ਜਿਹੀ ਕੰਡੀਸ਼ਨ ਬਸ ਇਹਦੇ ਵਿੱਚ ਚੇਂਜ ਹੋ ਗਈ ਆ ਕਿ ਇਹਦੇ ਵਿੱਚ ਐਵਰੇਜ ਸਪੀਡ ਸਾਨੂੰ ਗਿਵਨ ਆ ਕਿੰਨੀ ਆ, ਐਵਰੇਜ ਸਪੀਡ 48 ਕਿਲੋਮੀਟਰ ਪ੍ਰਤੀ ਘੰਟਾ। ਹੁਣ ਦੇਖੋ ਰਮਨ ਪੂਨੇ ਤੋਂ ਮੁੰਬਈ ਤੱਕ 60 ਕਿਲੋਮੀਟਰ ਦੀ ਗਤੀ ਨਾਲ ਯਾਤਰਾ ਕਰਦੀ ਆ। ਰਮਨ ਆ ਜੋ ਪੂਨੇ ਤੋਂ ਮੁੰਬਈ ਤੱਕ 60 ਕਿਲੋਮੀਟਰ ਦੀ ਗਤੀ ਨਾਲ ਜਾ ਰਹੀ ਆ, 60 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਜਾ ਰਹੀ ਆ, ਅਤੇ ਵਾਪਸ ਜਾਣ ਸਮੇਂ ਉਹਦੀ ਗਤੀ ਬਦਲ ਜਾਂਦੀ ਆ। ਜਦੋਂ ਵਾਪਸ ਜਾ ਰਹੀ ਆ ਤਾਂ ਉਹਦੀ ਗਤੀ ਚੇਂਜ ਹੋ ਜਾਂਦੀ ਆ, ਪਰ ਉਹ ਦਿੱਤੀ ਨਹੀਂ ਕਿ ਕਿੰਨੀ ਹੋ ਜਾਂਦੀ ਹੈ, ਇਸ ਕਰਕੇ ਮੈਂ ਉਹਨੂੰ ਕੀ ਲੈ ਰਹੀ ਹਾਂ, ਐਕਸ ਲੈ ਰਹੀ ਹਾਂ ਜਾਂ ਇਹ ਕਹਿ ਲਓ ਕਿ ਵਾਈ ਲੈ ਰਹੇ ਹਾਂ ਜਦੋਂ ਵਾਪਸ ਜਾ ਰਹੀ ਆ ਤਾਂ ਗਤੀ। ਠੀਕ ਹੈ, ਜੇਕਰ ਰਮਨ ਦੀ ਔਸਤ ਗਤੀ 48 ਕਿਲੋਮੀਟਰ ਪ੍ਰਤੀ ਘੰਟਾ ਸੀ ਤਾਂ ਮੁੰਬਈ ਤੋਂ ਪੂਨੇ ਤੱਕ ਯਾਤਰਾ ਕਰਦੇ ਸਮੇਂ ਰਮਨ ਦੀ ਗਤੀ ਕੀ ਸੀ? ਹਾਂਜੀ, ਹੁਣ ਰਮਨ ਦੀ ਗਤੀ ਕੀ ਸੀ? ਹੁਣ ਦੇਖੋ ਯਾਤਰਾ ਤਾਂ ਸੇਮ ਆ ਨਾ, ਪੂਨੇ ਤੋਂ ਮੁੰਬਈ ਤੱਕ, ਮੁੰਬਈ ਤੋਂ ਪੂਨੇ ਤੱਕ ਦੂਰੀ ਕੀ ਆ? ਸੇਮ ਆ। ਅਤੇ ਜਦੋਂ ਦੂਰੀ ਸੇਮ ਹੋਵੇ ਤਾਂ ਐਵਰੇਜ ਸਪੀਡ ਕੀ ਹੁੰਦੀ ਆ? ਤਾਂ ਐਵਰੇਜ ਸਪੀਡ ਹੁੰਦੀ ਆ ਜੀ 2xy/x+y। ਹੁਣ ਐਵਰੇਜ ਸਪੀਡ ਸਾਨੂੰ ਗਿਵਨ ਦਿੱਤੀ ਆ 48 ਕਿਲੋਮੀਟਰ ਪ੍ਰਤੀ ਘੰਟਾ, ਉਹਦੀ ਐਵਰੇਜ ਸਪੀਡ ਆ 48 ਕਿਲੋਮੀਟਰ ਪ੍ਰਤੀ ਘੰਟਾ, ਉਹਦੀ ਐਵਰੇਜ ਸਪੀਡ ਆ। ਅਤੇ ਜਦੋਂ ਮੁੰਬਈ ਤੋਂ ਪੂਨੇ ਵਾਪਸ ਆ ਰਹੀ ਆ ਤਾਂ ਉਸ ਸਮੇਂ ਉਸਦੀ ਗਤੀ ਕੀ ਆ, ਮਤਲਬ ਉਸ ਸਮੇਂ ਉਸਦੀ ਸਪੀਡ ਕੀ ਆ, ਇਹ ਪਤਾ ਕਰਨੀ ਆ। ਉਸ ਸਪੀਡ ਨੂੰ ਮੈਂ ਵਾਈ ਲੈ ਲਿਆ ਅਤੇ ਐਕਸ ਮੈਨੂੰ ਗਿਵਨ ਆ ਜੀ 60। ਠੀਕ ਹੈ, ਉਸ ਸਪੀਡ ਨੂੰ ਕੀ ਮੈਂ ਲਿਆ ਹੋਇਆ? ਵਾਈ। ਤਾਂ ਇੱਥੇ ਬਣ ਗਿਆ ਤੁਹਾਡੇ ਕੋਲ 60+y। ਕਲੀਅਰ, 60+y। ਇੱਥੇ ਮੈਨੂੰ ਕੱਟ ਕਰ ਰਹੀ ਹਾਂ, 2 ਇੱਧਰ ਆ ਕੇ ਡਿਵਾਈਡ ਹੋ ਜੂਗਾ, 2 ਨਾਲ ਜਦੋਂ ਡਿਵਾਈਡ ਹੋਇਆ ਤਾਂ ਇੱਥੇ ਆ ਗਿਆ 24। ਠੀਕ ਹੈ, ਅਤੇ ਇੱਥੇ 6 ਨਾਲ ਮੈਂ ਡਿਵਾਈਡ ਕੀਤਾ ਤਾਂ ਇੱਥੇ ਬਣ ਗਿਆ 10। 6 ਨਾਲ ਜਦੋਂ ਇੱਥੇ ਡਿਵਾਈਡ ਕੀਤਾ 6 × 4 = 24, ਤਾਂ ਇੱਥੇ ਬਣ ਗਿਆ ਜੀ 4/10y/60+y। ਠੀਕ ਹੈ, 60+y ਕੀ ਆ? ਇੱਧਰ ਆ ਕੇ ਕ੍ਰੋਸ ਮਲਟੀਪਲਾਈ ਹੋ ਗਿਆ, 60+y = 4y ਆ ਗਿਆ। ਠੀਕ ਹੈ, ਉਸ ਤੋਂ ਬਾਅਦ ਮਲਟੀਪਲਾਈ ਕਰ ਦਿਓ 6 × 24 = 240 + 4y = 10y। ਕਲੀਅਰ, ਹੁਣ ਜਿਹੜੇ ਵਾਈ ਵਾਲੇ ਆ ਇੱਕ ਸਾਈਡ ਲੈ ਜਾਓ, ਇੱਥੇ 4y ਪਲੱਸ ਹੋ ਰਿਹਾ, ਉੱਧਰ ਜਾ ਕੇ ਕੀ ਹੋਊਗਾ? ਮਾਈਨਸ। ਜਦੋਂ ਮਾਈਨਸ ਹੋਊਗਾ 10y - 4y ਕੀ ਆ ਜਾਣਾ? 6y। 6 × 24 ਤਾਂ ਇੱਥੇ ਆ ਗਿਆ 40। ਤਾਂ ਰਮਨ ਦੀ ਸਪੀਡ ਆ ਜਿਹੜੀ ਵਾਪਸ ਆਉਣ ਸਮੇਂ 40 ਕਿਲੋਮੀਟਰ ਪ੍ਰਤੀ ਘੰਟਾ ਹੈ। ਕਿੰਨੀ ਆ? 40 ਕਿਲੋਮੀਟਰ ਪ੍ਰਤੀ ਘੰਟਾ ਉਹਦੀ ਸਪੀਡ ਆ। ਆਪਸ਼ਨ ਬੀ ਇੱਥੇ ਰਾਈਟ ਆਨਸਰ ਹੈ। ਨੈਕਸਟ ਸਮ ਆ ਜਿਹੜਾ, ਇਹਦੇ ਵਿੱਚ ਅਗਲੀ ਟਾਈਪ ਆ ਗਈ ਆ ਜੀ, ਜਿਹਦੇ ਵਿੱਚ ਅਲੱਗ ਕੰਡੀਸ਼ਨ ਦਿੱਤੀ ਹੋਈ ਆ। ਇੱਥੇ ਕੀ ਸੀਗਾ? ਦੂਰੀ ਸੇਮ ਸੀ ਮੁੰਬਈ ਤੋਂ ਪੂਨੇ ਤੱਕ, ਅਸੀਂ ਕੀ ਕੀਤਾ? ਦੂਰੀ ਸੇਮ ਸੀ। ਜਦੋਂ ਦੂਰੀ ਸੇਮ ਹੋਵੇ, ਨਿਸ਼ਚਿਤ ਦੂਰੀ ਹੋਵੇ, ਠੀਕ ਹੈ, ਜਾਂ ਦੂਰੀ ਸੇਮ ਹੋਵੇ, ਤਾਂ ਉਸ ਸਮੇਂ ਅਸੀਂ ਫਾਰਮੂਲਾ ਲਗਾਉਂਦੇ ਹਾਂ ਐਵਰੇਜ ਸਪੀਡ ਦਾ 2xy/x+y। ਪਰ ਜਦੋਂ ਸਮਾਂ ਸੇਮ ਹੋਵੇ, ਹੁਣ ਸਮਾਂ ਸੇਮ ਦਿੱਤਾ 29 ਮਿੰਟ 29 ਮਿੰਟ, ਠੀਕ ਹੈ, ਜਦੋਂ ਸਮਾਂ ਸੇਮ ਹੋਵੇ ਤਾਂ ਉਸ ਸਮੇਂ ਪਹਿਲਾਂ ਤੁਸੀਂ ਕੰਡੀਸ਼ਨ ਸਮਝੋ। ਕੰਡੀਸ਼ਨ ਕੀ ਆ? ਪਹਿਲਾਂ ਮੈਂ ਤੁਹਾਡੇ ਸਾਹਮਣੇ ਫਾਰਮੂਲਾ ਲਿਖਦਾ ਤਾਂ ਜੋ ਤੁਸੀਂ ਇਸ ਨੂੰ ਕਵਰ ਕਰ ਸਕੋ। ਤਾਂ ਜਦੋਂ ਸਮਾਂ ਸੇਮ ਹੋਵੇ, ਨਿਸ਼ਚਿਤ ਸਮਾਂ ਦਿੱਤਾ ਕੋਈ, ਠੀਕ ਹੈ, ਸਮਾਂ ਸੇਮ ਆ, ਟਾਈਮ ਇਜ਼ ਸੇਮ, ਦੈਨ ਤੁਸੀਂ ਫਾਰਮੂਲਾ ਲਗਾਉਣਾ ਸਪੀਡ ਆਫ 1 ਸਪੀਡ ਆਫ 2 ਡਿਵਾਈਡਡ ਬਾਈ 2। ਦੇਖੋ ਇਹ ਕਿਵੇਂ ਬਣਦਾ ਵਾ। ਹੁਣ ਮੰਨ ਕੇ ਚਲੋ ਮੈਂ ਏ ਪੁਆਇੰਟ ਤੋਂ ਲੈ ਕੇ ਬੀ ਪੁਆਇੰਟ ਤੱਕ ਜਾਣਾ, ਜਾਂ ਏ ਪੁਆਇੰਟ ਤੋਂ ਲੈ ਕੇ ਬੀ ਪੁਆਇੰਟ ਤੱਕ ਜਾਣਾ, ਉਸ ਤੋਂ ਬਾਅਦ ਬੀ ਤੋਂ ਲੈ ਕੇ ਸੀ ਤੱਕ ਜਾਣਾ, ਜਿਵੇਂ ਦਿੱਤਾ ਉਸੇ ਤਰ੍ਹਾਂ ਲੈ ਲਓ। ਜਦੋਂ ਮੈਂ ਏ ਤੋਂ ਬੀ ਤੱਕ ਜਾ ਰਹੀ ਹਾਂ
ਤਾਂ ਉਸ ਸਮੇਂ ਮੇਰੀ ਸਪੀਡ ਹੈਗੀ ਆ 29 ਕਿਲੋਮੀਟਰ ਪ੍ਰਤੀ ਘੰਟਾ। ਜਦੋਂ ਮੈਂ ਬੀ ਤੋਂ ਸੀ ਤੱਕ ਜਾ ਰਹੀ ਹਾਂ ਤਾਂ ਉਸ ਸਮੇਂ ਮੇਰੀ ਸਪੀਡ ਆ 39 ਕਿਲੋਮੀਟਰ ਪ੍ਰਤੀ ਘੰਟਾ। ਠੀਕ ਹੈ, ਇਹੀ ਸਪੀਡ ਆ ਨਾ। ਤਾਂ ਇਸ ਦੇ ਲਈ ਮੈਂ ਤੁਹਾਨੂੰ ਸ਼ੋਰਟ ਟ੍ਰਿਕ ਦਿਖਾ ਰਹੀ ਹਾਂ। ਇਹਨੂੰ ਮੈਂ S1 ਮੰਨ ਲਿਆ ਅਤੇ ਇਹਨੂੰ ਮੈਂ S2 ਮੰਨ ਲਿਆ। ਠੀਕ ਹੈ, ਅਤੇ ਮੰਨ ਕੇ ਚੱਲੋ ਕਿ ਡਿਸਟੈਂਸ ਆ ਮੇਰਾ ਜਿਹੜਾ ਇੱਥੇ D1 ਆ ਅਤੇ ਇੱਥੇ D2 ਆ। ਜਦੋਂ ਮੈਂ A to B ਤੱਕ ਜਾ ਰਹੀ ਹਾਂ ਮੈਂ ਕੋਈ ਨਾ ਕੋਈ ਦੂਰੀ ਕਵਰ ਕਰ ਰਹੀ ਹਾਂ ਜਿਹਨੂੰ ਮੈਂ D1 ਲਿਖ ਲਿਆ। ਜਦੋਂ ਮੈਂ B to C ਤੱਕ ਜਾ ਰਹੀ ਹਾਂ ਤਾਂ ਕੋਈ ਨਾ ਕੋਈ ਦੂਰੀ ਕਵਰ ਕਰ ਰਹੀ ਹਾਂ ਜਿਹਨੂੰ ਮੈਂ D2 ਲਿਖ ਲਿਆ। ਠੀਕ ਹੈ, ਭੁੱਲ ਜਾਓ ਇੱਥੇ ਮੈਂ 29 ਲਿਖਿਆ ਜਾਂ 30 ਲਿਖਿਆ, ਪਹਿਲਾਂ ਕਨਸੈਪਟ ਸਿੱਖੋ ਕਿ ਕਿਵੇਂ ਬਣਦਾ ਵਾ। ਠੀਕ ਹੈ, ਪਹਿਲਾਂ ਜਦੋਂ ਮੇਰੀ ਦੂਰੀ D1 ਆ ਅਤੇ ਸਪੀਡ S1 ਆ, ਉਸ ਸਮੇਂ ਸਮਾਂ ਕਿੰਨਾ ਲੱਗੂਗਾ? ਸਮਾਂ ਲੱਗੂਗਾ ਜੀ D1 ਅਪੋਨ S1 ਦਾ। ਠੀਕ ਹੈ, ਤਾਂ ਉਸ ਸਮੇਂ ਸਮਾਂ ਕਿਵੇਂ ਕੱਢਣਾ ਵਾ ਅਸੀਂ? ਇੱਧਰ ਦੇਖੋ, ਜਿਹੜੇ ਤੁਹਾਡੇ ਕੋਲ ਡਿਸਟੈਂਸ ਆ ਉਹ ਕਿੰਨਾ ਬਣ ਜਾਣਾ ਵਾ? S1 ਅਪੋਨ T1, S1 ਇੰਟੂ T1, ਅਤੇ ਜਿਹੜਾ ਜਦੋਂ ਡਿਸਟੈਂਸ 2 ਕੱਢਾਂਗੇ, ਡਿਸਟੈਂਸ 1, ਡਿਸਟੈਂਸ 2 ਕੀ ਆ ਜਾਣਾ ਤੁਹਾਡੇ ਕੋਲ? S2 ਅਪੋਨ ਇੰਟੂ T2। ਦੇਖੋ ਇਹਦੇ ਵਿੱਚ ਡਿਸਟੈਂਸ ਕੱਢ ਲਿਆ ਮੈਂ S1 ਇੰਟੂ T1, D2 ਇਜ਼ ਇਕਲਸ ਟੂ S2 ਅਪੋਨ D2। ਜਦੋਂ ਅਸੀਂ ਐਵਰੇਜ ਸਪੀਡ ਦੇਖਣੀ ਆ, ਐਵਰੇਜ ਸਪੀਡ ਦੇ ਲਈ ਕੀ ਕਰਦੇ ਹਾਂ ਅਸੀਂ? ਟੋਟਲ ਡਿਸਟੈਂਸ ਕਿੰਨਾ ਵਾ? S1 T1 ਪਲੱਸ S2 ਅਪੋਨ ਇੰਟੂ T2। ਠੀਕ ਹੈ, ਇਹ ਪਲੱਸ ਦਾ ਸਾਈਨ ਆ, ਥੋੜ੍ਹਾ ਵੱਡਾ ਕਰਕੇ ਲਿਖਦਾ ਤਾਂ ਜੋ T ਤੁਹਾਨੂੰ ਦਿਖ ਜੇ ਚੰਗੀ ਤਰ੍ਹਾਂ ਪਾਈ ਹੋਈ। ਕਲੀਅਰ? ਹੁਣ ਐਵਰੇਜ ਸਪੀਡ ਦਾ ਫਾਰਮੂਲਾ ਹੁੰਦਾ ਵਾ, ਟ੍ਰੈਡੀਸ਼ਨਲ ਫਾਰਮੂਲਾ ਹੁੰਦਾ, ਬੇਸਿਕ ਫਾਰਮੂਲਾ ਹੁੰਦਾ ਕਿ ਸੰਖਿਆਵਾਂ ਦਾ ਜੋੜ, ਮਤਲਬ ਡਿਸਟੈਂਸ ਦਾ ਜੋੜ ਬਟਾ ਟਾਈਮ ਦਾ ਜੋੜ। ਠੀਕ ਹੈ, ਟਾਈਮ ਕਿੰਨਾ ਵਾ ਇੱਥੇ? ਟਾਈਮ ਕਿੰਨਾ ਵਾ? ਸੇਮ ਦਿੱਤਾ ਵਾ। ਟਾਈਮ ਕਿੰਨਾ ਦਿੱਤਾ ਵਾ? ਸੇਮ ਦਿੱਤਾ ਵਾ, ਮਤਲਬ ਟਾਈਮ T1 ਅਤੇ T2 ਕੀ ਆ? ਸੇਮ ਆ। ਤਾਂ ਇਹਦਾ ਮਤਲਬ ਮੈਂ T1 ਲਿਖ ਸਕਦੀ ਹਾਂ, ਕਿਉਂਕਿ ਇੱਥੇ ਵੀ 29 ਮਿੰਟ ਆ, ਇੱਥੇ ਵੀ 29 ਮਿੰਟ ਆ। ਤਾਂ ਟਾਈਮ ਨੂੰ ਮੈਂ ਇਕੱਲਾ T1 ਪਾ ਲਿਆ, ਕਿਉਂਕਿ T1 ਅਤੇ T2 ਕੀ ਆ? ਸੇਮ ਆ। ਕਲੀਅਰ? ਚਾਹੇ ਮੈਂ T2 ਨੂੰ T1 ਪਾਲਾਂ, ਚਾਹੇ T1 ਨੂੰ T2 ਪਾਲਾਂ, ਕੋਈ ਫਰਕ ਨਹੀਂ ਪੈਂਦਾ। ਸਪੀਡ ਹੈਗੀ S1 S2। ਜਦੋਂ ਅਸੀਂ ਟਾਈਮ T1 ਕੋਮਨ ਕੱਢਤਾ ਤਾਂ ਇੱਥੇ ਰਹਿ ਗਿਆ 1+1 T1, T1 ਨਾਲ T1 ਕੈਂਸਲ, S1 ਪਲੱਸ S2 ਡਿਵਾਈਡਡ ਬਾਈ 2। ਜਦੋਂ ਸਮਾਂ ਸੇਮ ਦਿੱਤਾ ਹੋਵੇ ਤਾਂ ਤੁਸੀਂ ਇਹ ਵਾਲਾ ਕੰਸੈਪਟ ਲਗਾਉਣਾ ਜਿਹੜਾ ਤੁਸੀਂ ਇੱਥੇ ਆਪਾਂ ਤਿਆਰ ਕੀਤਾ ਵਾ। ਕਿਹੜਾ ਕੰਸੈਪਟ ਹੈ ਇਹ? ਕਿ ਜਦੋਂ ਸਮਾਂ ਸੇਮ ਹੋਵੇ ਤਾਂ ਦੋਨੋਂ ਸਪੀਡ ਦਾ ਜੋੜ ਕਰ ਦਿਓ, ਡਿਵਾਈਡ ਕਰ ਦਿਓ 2 ਨਾਲ। ਠੀਕ ਹੈ, ਦੋਨੋਂ ਸਪੀਡ ਦਾ ਜੋੜ ਕਰਕੇ 2 ਨਾਲ ਡਿਵਾਈਡ ਕਰ ਦਿਓ। ਤਾਂ ਦੋਨਾਂ ਸਪੀਡਾਂ ਦਾ ਜੋੜ ਕਰ ਦਿਓ ਜੀ, ਕਿੰਨਾ ਜੋੜ ਬਣਿਆ? ਪਹਿਲੀ ਸਪੀਡ ਉਹਦੀ 29 ਕਿਲੋਮੀਟਰ ਪ੍ਰਤੀ ਘੰਟਾ ਵਾ, ਦੂਸਰੀ ਸਪੀਡ ਉਹਦੀ 39 ਕਿਲੋਮੀਟਰ ਪ੍ਰਤੀ ਘੰਟਾ ਵਾ। ਡਿਵਾਈਡ ਕਰ ਦੇਣਾ 2 ਨਾਲ, 9 9 18, 3 3 2, 5 3 1 6। ਠੀਕ ਹੈ, ਫਿਰ ਇਹਨੂੰ ਜਦੋਂ ਦੇਖਾਂਗੇ, ਡਿਵਾਈਡ ਕਰਾਂਗੇ ਤਾਂ 34 ਕਿਲੋਮੀਟਰ ਪ੍ਰਤੀ ਘੰਟਾ ਔਸਤ ਸਪੀਡ ਆ ਗਈ। ਕਿੰਨੀ ਆ ਗਈ? ਔਸਤ ਸਪੀਡ ਆ ਗਈ, ਮਤਲਬ ਕਿ ਆਪਸ਼ਨ ਏ ਇੱਥੇ ਰਾਈਟ ਆਂਸਰ ਹੈ। ਐਵਰੇਜ ਗਤੀ ਆ ਉਹਦੀ 34 ਕਿਲੋਮੀਟਰ ਪ੍ਰਤੀ ਘੰਟਾ। ਹਾਂਜੀ, ਇਹਦੇ ਨਾਲ ਦੇ 2 ਸਮ ਆਪਾਂ ਹੋਰ ਕਰਾਂਗੇ। ਨੈਕਸਟ ਅਸੀਂ ਕਰਦੇ ਹਾਂ ਜੀ। ਹਾਂਜੀ, ਨੈਕਸਟ ਸਮ ਤੁਸੀਂ ਦੇਖ ਸਕਦੇ ਹੋ, ਤੁਹਾਡੇ ਸਾਹਮਣੇ ਮੈਂ ਲਿਖ ਦਿੱਤਾ ਕਿ ਇੱਕ ਆਦਮੀ 75 ਕਿਲੋਮੀਟਰ ਦੀ ਚਾਲ ਨਾਲ 4 ਘੰਟੇ ਅਤੇ 60 ਕਿਲੋਮੀਟਰ ਦੀ ਚਾਲ ਨਾਲ 4 ਘੰਟੇ ਵਿੱਚ ਯਾਤਰਾ ਕਵਰ ਕਰਦਾ। ਜਦੋਂ ਉਹਦੀ ਸਪੀਡ 75 ਕਿਲੋਮੀਟਰ ਆ, ਫਿਰ ਵੀ ਉਹਨੂੰ 4 ਘੰਟੇ ਲੱਗਦੇ ਆ ਕੋਈ ਦੂਰੀ ਤੈਅ ਕਰਨ ਨੂੰ। ਜਦੋਂ ਉਹਦੀ ਸਪੀਡ 60 ਕਿਲੋਮੀਟਰ ਆ, ਫਿਰ ਵੀ ਉਹਨੂੰ 4 ਘੰਟੇ ਲੱਗਦੇ ਆ ਦੂਰੀ ਤੈਅ ਕਰਨ ਨੂੰ। ਤਾਂ ਪੂਰੀ ਯਾਤਰਾ ਦੇ ਦੌਰਾਨ ਆਦਮੀ ਦੀ ਔਸਤ ਗਤੀ ਪਤਾ ਕਰੋ। ਔਸਤ ਗਤੀ ਪਤਾ ਕਰਨੀ ਆ ਤਾਂ ਐਵਰੇਜ ਸਪੀਡ, ਐਵਰੇਜ ਫਾਰਮੂਲਾ ਕੀ ਆ? ਐਵਰੇਜ ਸਪੀਡ ਦਾ ਜਦੋਂ ਟਾਈਮ ਸੇਮ ਹੋਵੇ, ਟਾਈਮ ਇੱਥੇ ਸੇਮ ਆ, ਤਾਂ S1 ਪਲੱਸ S2 ਡਿਵਾਈਡ ਕਰ ਦੇਣਾ ਤੁਸੀਂ 2 ਨਾਲ। S1 ਕਿੰਨਾ ਵਾ? 75 ਦਿੱਤਾ ਹੋਇਆ ਵਾ,
ਅਤੇ ਐਸ ਟੂ ਕਿੰਨਾ ਵਾ 60 ਦਿੱਤਾ, ਡਿਵਾਈਡ ਕਰਨਾ 2 ਨਾਲ, 6 6 12 ਅਤੇ 1 13, 135 ਬਟਾ 2, 6 6 2 12, 7 7 2 14 0.5 ਤਾਂ 67.5 ਕਿਲੋਮੀਟਰ ਪ੍ਰਤੀ ਘੰਟਾ ਉਹਦੀ ਐਵਰੇਜ ਸਪੀਡ ਆ। ਠੀਕ ਹੈ, ਆਪਸ਼ਨ ਏ ਇੱਥੇ ਰਾਈਟ ਆਨਸਰ ਹੈ। ਬਾਈ ਚਾਂਸ ਟਾਈਮ ਸੇਮ ਨਾ ਹੋਵੇ ਫਿਰ ਤੁਸੀਂ ਟ੍ਰੈਡੀਸ਼ਨਲ ਮੈਥਡ ਲਾਉਣਾ। ਬਾਈ ਚਾਂਸ ਇੱਥੇ ਟਾਈਮ ਦਿੱਤਾ ਹੋਵੇ 2 ਘੰਟੇ, ਠੀਕ ਹੈ 2 ਘੰਟੇ, ਹੁਣ ਟਾਈਮ ਸੇਮ ਨਹੀਂ ਗਾ, ਟਾਈਮ ਸੇਮ ਨਹੀਂ ਗਾ ਤਾਂ ਐਵਰੇਜ ਸਪੀਡ ਦਾ ਫਾਰਮੂਲਾ ਕੀ ਹੁੰਦਾ ਵਾ ਕਿ ਟੋਟਲ ਡਿਸਟੈਂਸ ਅਪੋਨ ਟੋਟਲ ਟਾਈਮ। ਠੀਕ ਹੈ, ਟੋਟਲ ਡਿਸਟੈਂਸ ਅਪੋਨ ਟੋਟਲ ਟਾਈਮ, ਤਾਂ ਟੋਟਲ ਟਾਈਮ ਕਿੰਨਾ ਲੱਗਿਆ ਵਾ, 4 ਤੇ 2 6 ਘੰਟੇ, ਟੋਟਲ ਟਾਈਮ ਤਾਂ ਲੱਗਿਆ 6 ਘੰਟੇ, ਪਰ ਟੋਟਲ ਡਿਸਟੈਂਸ ਜੇਕਰ ਮੈਂ D1 ਕੱਢਾਂ, ਮੈਨੂੰ ਸਪੀਡ 1 ਪਤਾ ਵਾ ਕਿੰਨੀ ਆ, 75 ਆ। ਠੀਕ ਹੈ, ਸਪੀਡ 1 ਪਤਾ ਵਾ ਉਹਦੀ ਕਿ 75 ਕਿਲੋਮੀਟਰ ਪ੍ਰਤੀ ਘੰਟਾ ਵਾ, ਅਤੇ ਕਿੰਨਾ ਟਾਈਮ ਲੱਗਦਾ ਉਹਨੂੰ, 4 ਘੰਟੇ ਲੱਗਦੇ ਆ ਉਹਨੂੰ ਕਵਰ ਕਰਨ ਦੇ ਲਈ, 4 5 20, 2 ਗਈ ਹਾਸਲ, 7 4 28 30, ਮਤਲਬ 300 ਕਿਲੋਮੀਟਰ ਦੀ ਦੂਰੀ ਉਹ ਕਵਰ ਕਰ ਰਿਹਾ ਵਾ 75 ਕਿਲੋਮੀਟਰ ਪ੍ਰਤੀ ਘੰਟੇ ਦੇ ਵਿੱਚ, 75 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ 4 ਘੰਟਿਆਂ ਦੇ ਵਿੱਚ। ਸੇਮ ਮੈਂ ਡਿਸਟੈਂਸ 2 ਕੱਢ ਲੂੰਗੀ, ਡਿਸਟੈਂਸ 2 ਹੈਗਾ ਵਾ 60, ਅਤੇ ਕਿੰਨੇ ਘੰਟਿਆਂ 'ਚ ਕਵਰ ਕਰਦਾ 2। ਠੀਕ ਹੈ, ਸਪੀਡ ਆ ਜਿਹੜੀ ਉਹ ਕਿੰਨੀ ਆ, ਡਿਸਟੈਂਸ 2 ਕੱਢਣ ਦੇ ਲਈ ਦੂਰੀ ਵੀ ਕਿੰਨੀ ਕਵਰ ਕਰਦਾ, ਜਦੋਂ ਉਹਦੀ ਸਪੀਡ ਰਹਿੰਦੀ ਆ 60 ਕਿਲੋਮੀਟਰ ਪ੍ਰਤੀ ਘੰਟਾ ਅਤੇ ਸਮਾਂ ਲਾਉਂਦਾ ਉਹ 2 ਘੰਟੇ, ਤਾਂ ਉਹ 120 ਕਿਲੋਮੀਟਰ ਦੀ ਦੂਰੀ ਕਵਰ ਕਰਦਾ ਵਾ, 120 ਦੀ ਕਰਦਾ ਵਾ। ਤਾਂ ਇੱਥੇ ਆ ਗਿਆ ਜੀ ਟੋਟਲ ਡਿਸਟੈਂਸ 400, 300 ਪਲੱਸ 120, 420 ਆ ਗਿਆ। 70 6 ਕਿੰਨੇ ਹੁੰਦੇ ਆ, 42, ਤਾਂ 70 ਕਿਲੋਮੀਟਰ ਪ੍ਰਤੀ ਘੰਟਾ ਉਹਦੀ ਐਵਰੇਜ ਸਪੀਡ ਆ ਜੂਗੀ। ਜਦੋਂ ਤੁਹਾਡੇ ਕੋਲ ਟਾਈਮ ਸੇਮ ਨਹੀਂ ਗਾ ਫਿਰ ਤੁਸੀਂ ਟ੍ਰੈਡੀਸ਼ਨਲ ਮੈਥਡ ਹੀ ਲਗਾਉਣਾ। ਜਿਸ ਤਰ੍ਹਾਂ ਤੁਹਾਡੇ ਕੋਲ ਇਹ ਸਮ ਪਿਆ ਵਾ, ਇਹਦੇ ਵਿੱਚ ਟਾਈਮ ਸੇਮ ਨਹੀਂ ਗਾ ਤਾਂ ਮੈਂ ਟ੍ਰੈਡੀਸ਼ਨਲ ਮੈਥਡ ਲਗਾ ਰਹੀ ਹਾਂ। ਠੀਕ ਹੈ, ਤਾਂ ਟ੍ਰੈਡੀਸ਼ਨਲ ਮੈਥਡ ਲਗਾਓ। ਹੁਣ ਜਿਵੇਂ ਮੈਂ ਤੁਹਾਨੂੰ ਇਹ ਦੱਸਿਆ ਵਾ, ਤਾਂ ਹੁਣ ਉਹ ਸਮ ਤੁਹਾਨੂੰ ਥੋੜ੍ਹਾ, ਮੈਨੂੰ ਲੱਗਦਾ ਮੇਰੀ ਸਪੀਡ ਜ਼ਿਆਦਾ ਵਾ, ਮੈਂ ਥੋੜ੍ਹਾ ਹੌਲੀ ਕਰਵਾ ਦਿੰਦੀ ਹਾਂ। ਜਿਵੇਂ ਇੱਕ ਆਦਮੀ 75 ਕਿਲੋਮੀਟਰ ਪ੍ਰਤੀ ਘੰਟੇ ਦੀ ਚਾਲ ਨਾਲ 4 ਘੰਟੇ ਵਿੱਚ ਕੋਈ ਦੂਰੀ ਤੈਅ ਕਰਦਾ, ਠੀਕ ਹੈ, ਇੱਥੋਂ ਮੈਂ ਇਹਨੂੰ ਡਿਸਟੈਂਸ 1 ਲਿਖ ਲਿਆ, ਸਪੀਡ 1 ਇੰਟੂ ਟਾਈਮ 1। ਠੀਕ ਹੈ, ਪਹਿਲੀ ਲਾਈਨ ਦੇ ਵਿੱਚ ਸਾਨੂੰ ਦਿੱਤਾ ਹੋਇਆ ਕਿ ਇੱਕ ਆਦਮੀ 75 ਕਿਲੋਮੀਟਰ ਪ੍ਰਤੀ ਘੰਟੇ ਦੀ, ਮਤਲਬ ਇਹ ਸਪੀਡ 1 ਹੋ ਗਈ, ਅਤੇ 4 ਘੰਟੇ ਦੇ ਵਿੱਚ ਕੋਈ ਦੂਰੀ ਕਵਰ ਕਰ ਰਿਹਾ, ਮਤਲਬ ਇਹ ਟਾਈਮ 1 ਹੋ ਗਿਆ। ਤਾਂ ਇੱਥੋਂ ਮੈਂ ਡਿਸਟੈਂਸ ਕੱਢ ਸਕਦੀ ਹਾਂ ਕਿਉਂਕਿ ਡਿਸਟੈਂਸ ਦਾ ਫਾਰਮੂਲਾ ਹੁੰਦਾ ਸਪੀਡ ਇੰਟੂ ਟਾਈਮ। ਸਪੀਡ ਕਿੰਨੀ ਆ, 75 ਆ, 4 ਘੰਟੇ ਦੇ ਵਿੱਚ ਕਵਰ ਕਰਦਾ, 300 ਕਿਲੋਮੀਟਰ ਆਈ ਸੀ ਨਾ ਪਿਛਲੇ ਸਮਝ ਵੀ ਕੀਤਾ, 4 5 20, 7 28 2 30। ਠੀਕ ਹੈ, ਫਿਰ ਸੇਮ ਇਸੇ ਤਰ੍ਹਾਂ ਡਿਸਟੈਂਸ 2 ਕੱਢ ਲੈਂਦੇ ਹਾਂ, ਡਿਸਟੈਂਸ 2 ਦੇ ਵਿੱਚ ਉਹਦੀ ਸਪੀਡ ਆ ਹੁਣ 65 ਕਿਲੋਮੀਟਰ ਪ੍ਰਤੀ ਘੰਟੇ ਦੀ ਚਾਲ ਨਾਲ 6 ਘੰਟੇ ਦੇ ਵਿੱਚ ਕਵਰ ਕਰ ਰਿਹਾ ਵਾ। ਠੀਕ ਹੈ, ਤਾਂ ਕਿੰਨੀ ਆ, 65.5, ਕਿੰਨੇ ਘੰਟੇ ਲਾ ਰਿਹਾ, 6 ਘੰਟੇ ਲਾ ਰਿਹਾ, 6 5 ਕਿੰਨੇ ਹੁੰਦੇ ਆ 30, ਨਾਲ ਪੁਆਇੰਟ ਆ 6 5 30 ਅਤੇ 3 33, ਫਿਰ 3 ਗਈ ਹਾਸਲ, ਛਿਕਮ 36 ਅਤੇ 3 39, ਮਤਲਬ ਕੀ ਆ 393 ਕਿਲੋਮੀਟਰ ਦੀ ਦੂਰੀ ਉਹ ਕਵਰ ਕਰ ਰਿਹਾ ਵਾ। ਆਫਟਰ ਪੁਆਇੰਟ 0 ਦਾ ਕੋਈ ਮਤਲਬ ਨਹੀਂ ਹੁੰਦਾ, ਤਦ ਮੈਂ 393 ਪੁਆਇੰਟ ਲਿਖ ਲਿਆ। ਠੀਕ ਹੈ, ਅੱਗੇ ਆ 54 ਕਿਲੋਮੀਟਰ ਪ੍ਰਤੀ ਘੰਟਾ, ਹਾਂਜੀ ਹੁਣ ਅੱਗੇ ਸਪੀਡ ਦਿੱਤੀ ਹੋਈ ਆ 3 ਵੀ, ਤਾਂ ਮੈਂ ਡਿਸਟੈਂਸ 3 ਕੱਢ ਲੂੰਗੀ, ਕਿੰਨੀ ਸਪੀਡ ਆ 54 ਕਿਲੋਮੀਟਰ ਪ੍ਰਤੀ ਘੰਟਾ, 2 ਘੰਟੇ ਦੇ ਵਿੱਚ ਉਹ ਕਵਰ ਕਰ ਰਿਹਾ, 4 2 8, 5 2 10 ਕਿਲੋਮੀਟਰ। ਹੁਣ ਮੇਰੇ ਕੋਲ ਡਿਸਟੈਂਸ ਆ ਗਿਆ ਸਾਰਾ, ਟਾਈਮ ਵੀ ਮੈਨੂੰ ਪਤਾ ਵਾ ਕਿ ਪਹਿਲਾਂ 4 ਘੰਟੇ ਲੱਗੇ ਆ,
ਫਿਰ 6 ਘੰਟੇ ਅਤੇ ਫਿਰ 2 ਘੰਟੇ। ਠੀਕ ਹੈ, ਐਵਰੇਜ ਸਪੀਡ ਅਸੀਂ ਪਤਾ ਕਰਨੀ ਆ। ਐਵਰੇਜ ਸਪੀਡ ਦਾ ਫਾਰਮੂਲਾ ਕੀ ਆ? ਟੋਟਲ ਡਿਸਟੈਂਸ ਅਪੋਨ ਟੋਟਲ ਟਾਈਮ। ਟੋਟਲ ਟਾਈਮ ਕਿੰਨਾ ਵਾ? ਪਹਿਲਾਂ 4 ਘੰਟੇ ਲੱਗੇ, ਫਿਰ 6 ਘੰਟੇ, 4 ਅਤੇ 6 10, ਫਿਰ ਕਿੰਨੇ ਘੰਟੇ ਲੱਗੇ? 2। 4 6 10 ਅਤੇ 2 12, ਹੇਠਾਂ ਕਿੰਨਾ ਆ ਗਿਆ ਤੁਹਾਡੇ ਕੋਲ ਡਿਨੋਮੀਨੇਟਰ ਦੇ ਵਿੱਚ? 12। ਠੀਕ ਹੈ, ਟੋਟਲ ਡਿਸਟੈਂਸ ਦੇਖੋ ਕਿੰਨਾ ਬਣਿਆ। ਪਹਿਲਾਂ 300 ਸੀਗਾ, ਉਸ ਤੋਂ ਬਾਅਦ 393, ਫਿਰ 108 ਕਵਰ ਕੀਤਾ ਉਹਨੇ, 8 3 11, 9 3 1 10, 3 3 6, 7 8, ਕਿੰਨਾ ਕਵਰ ਕਰ ਲਿਆ? 801 ਡਿਸਟੈਂਸ ਉਹਨੇ ਜਿਹੜਾ ਕਵਰ ਕੀਤਾ। ਇੱਕ ਵਾਰ ਚੈੱਕ ਕਰ ਲਓ, 8 3 11, 9 1 10, 3 3 6 7 8। ਠੀਕ ਹੈ, 8 ਦਾ ਹੀ, ਅਤੇ ਇੱਥੋਂ ਤੁਸੀਂ ਚੈੱਕ ਕਰ ਸਕਦੇ ਹੋ, ਕਿਉਂਕਿ ਕੈਲਕੂਲੇਸ਼ਨ ਜੇ ਗਲਤ ਹੋ ਗਈ ਨਾ, ਟਾਈਮ ਤੁਹਾਡਾ ਵੀ ਖਰਾਬ ਹੋਊਗਾ, ਮੇਰਾ ਵੀ। 6 5 31 30, 6 5 30 ਅਤੇ 3 33, 6 6 36 ਅਤੇ 3 39, ਤਾਂ 393.0 ਹੀ ਆ ਰਿਹਾ ਜੀ। ਠੀਕ ਹੈ, ਕਲੀਅਰ ਆ, ਤਾਂ 801 ਬਣ ਗਿਆ। ਹੁਣੇ ਕਿਸੇ ਪਹਾੜੇ 'ਤੇ ਕੱਟ ਹੋ ਰਿਹਾ? 4 'ਤੇ ਲੱਗ ਰਿਹਾ, ਮੈਨੂੰ 3 ਦੇ ਪਹਾੜੇ 'ਤੇ ਲੱਗ ਰਿਹਾ। ਕਿਉਂ 3 ਦੇ ਪਹਾੜੇ 'ਤੇ ਲੱਗਿਆ? ਇੱਕ ਤਾਂ ਇੱਥੇ 3 ਪਿਆ ਵਾ, ਇੱਥੋਂ ਨਹੀਂ ਲੱਗਿਆ, ਕਿਉਂਕਿ 3 ਆ ਜਿਹੜਾ, 4 3 12 ਹੁੰਦਾ ਵਾ। ਜੇ ਮੈਂ 4 ਦੇ ਪਹਾੜੇ 'ਤੇ ਕੱਟ ਕਰੂੰਗੀ, 4 ਦੇ ਪਹਾੜੇ 'ਚ ਕਿਸੇ ਵੀ ਨੰਬਰ ਦੇ ਮਗਰ 1 ਨਹੀਂ ਆਉਂਦਾ ਗਾ। ਠੀਕ ਹੈ, ਇਸ ਕਰਕੇ ਮੈਂ ਅੰਦਾਜ਼ਾ ਲਗਾਇਆ ਕਿ ਇੱਥੇ 4 ਪਿਆ ਵਾ, ਤਾਂ ਹੋ ਸਕਦਾ 3 ਦੇ ਪਹਾੜੇ 'ਤੇ ਕੱਟ ਹੋਵੇ। ਤਾਂ 2 3 6, ਫਿਰ ਤੁਹਾਡੇ ਕੋਲ 6 3 18 ਆ ਗਿਆ, ਉਸ ਤੋਂ ਬਾਅਦ 7 3 21, ਇਹ ਬਣ ਗਿਆ ਜੀ 267/4। 267/4 ਬਣਿਆ ਵਾ, ਤਾਂ ਇੱਥੇ ਬਣ ਗਿਆ 267/4। ਇਹਨੂੰ ਅਸੀਂ ਜਿਹੜੀਆਂ ਆਪਸ਼ਨਾਂ ਵਾ ਮਿਕਸ ਫਰੈਕਸ਼ਨ 'ਚ ਦਿੱਤੀਆਂ ਹੋਈਆਂ, ਤਾਂ ਮਿਕਸ ਫਰੈਕਸ਼ਨ ਦੇ ਵਿੱਚ ਦੇਖੋ 7 4 28 ਹੁੰਦੇ ਆ, ਤਾਂ 6 4 24 'ਤੇ ਜਾਊਗਾ। ਠੀਕ ਹੈ, ਫਿਰ 6 4 24 'ਤੇ ਗਿਆ, ਮਗਰ ਬਚ ਗਏ 3। ਜਿਹੜਾ ਸਾਡਾ ਡਿਵਾਈਜ਼ਰ ਆ ਉਹ ਤਾਂ ਹੇਠਾਂ ਹੀ ਰਹਿਣਾ ਵਾ, ਜੋ ਆਂਸਰ ਆਇਆ ਉਹਨੂੰ ਅਸੀਂ ਸਾਈਡ 'ਤੇ ਲਿਖਦੇ ਹਾਂ, ਜੋ ਰਿਮਾਈਂਡਰ ਆ ਉਹ ਉੱਪਰ। ਅਤੇ 66/4 ਆਪਸ਼ਨ ਸੀ ਦੇ ਵਿੱਚ ਪਿਆ ਜੀ, 66/3/4 ਕਿਲੋਮੀਟਰ ਪ੍ਰਤੀ ਘੰਟਾ ਉਹਦੀ ਐਵਰੇਜ ਸਪੀਡ ਆ। ਕਲੀਅਰ ਹੋਇਆ? ਹਾਂਜੀ, ਅੱਗੇ ਇੱਕ ਨੈਕਸਟ ਸਮ ਦੇਖੋ, ਇਹਦੇ ਵਿੱਚ ਕੀ ਆ? ਪਰਸੈਂਟੇਜ ਦੀ ਗੱਲ ਹੋਈ ਆ, ਪਰਸੈਂਟੇਜ ਦੀ ਗੱਲ ਹੋਈ ਆ। ਤਾਂ ਵਿਕਾਸ ਨੇ ਇੱਕ ਨਿਸ਼ਚਿਤ ਦੂਰੀ ਦਾ 40% ਵਿਕਾਸ ਆ, ਉਹਨੇ ਕੀ ਕੀਤਾ? ਕੋਈ ਦੂਰੀ ਕਵਰ ਕਰ ਰਿਹਾ ਉਹ, ਜਿਹਦੇ ਵਿੱਚੋਂ ਉਸ ਦੂਰੀ ਦਾ 40% ਕਵਰ ਕੀਤਾ ਉਹਨੇ 40 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ। ਠੀਕ ਹੈ, ਉਸ ਤੋਂ ਬਾਅਦ 50% ਉਹਨੇ ਕਵਰ ਕੀਤਾ 25 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ। ਠੀਕ ਹੈ, ਫਿਰ ਉਸ ਤੋਂ ਬਾਅਦ ਉਹਨੇ ਕਵਰ ਕੀਤਾ ਜੀ 10% ਕਵਰ ਕੀਤਾ 10 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ। ਠੀਕ ਹੈ, ਤਾਂ ਇਹਨਾਂ ਦੇ ਵਿੱਚ ਦੇਖੋ, ਪਹਿਲਾਂ ਅਸੀਂ ਕੱਟ ਕਰ ਲੈਂਦੇ ਹਾਂ, 10 ਦੇ ਨਾਲ 10 ਹੀ ਕੈਂਸਲ ਹੋ ਗਿਆ। ਠੀਕ ਹੈ, ਕਿਉਂਕਿ 10% ਕਵਰ ਕਰ ਰਿਹਾ, ਕਿਹਦਾ ਕਰ ਰਿਹਾ? ਦੂਰੀ ਦਾ। ਅਤੇ ਦੂਰੀ ਵਟਾ ਸਪੀਡ ਕੀ ਹੋ ਗਿਆ? ਮੇਰੇ ਕੋਲ ਟਾਈਮ ਆ ਗਿਆ। ਦੂਰੀ ਵਟਾ ਸਪੀਡ ਕੀ ਆ ਗਿਆ? ਟਾਈਮ ਆ ਗਿਆ। ਇੱਥੇ ਆ ਗਿਆ 1, ਇੱਥੇ ਕਿੰਨਾ ਆ ਗਿਆ? 2, ਅਤੇ ਇੱਥੇ ਕਿੰਨਾ ਆ ਗਿਆ? 1। ਠੀਕ ਹੈ, ਤਾਂ ਇੱਥੇ ਕੀ ਰੱਖੋਗੇ ਤੁਸੀਂ? ਟੋਟਲ ਪਰਸੈਂਟੇਜ ਕਿੰਨੀ ਹੁੰਦੀ ਆ? 100, ਕਿਉਂਕਿ ਪਰਸੈਂਟੇਜ ਦੀ ਗੱਲ ਹੋਈ ਆ, ਮਤਲਬ ਉਹਨੇ ਟੋਟਲ ਦੂਰੀ ਕਿੰਨੀ ਕਵਰ ਕੀਤੀ ਆ? 100% ਕਵਰ ਕੀਤੀ ਆ, ਜਿਹਦਾ 40%, 50% ਅਤੇ 10% ਆ ਜਿਹੜਾ, ਜੋੜ ਕਰ ਲਓ 40 50 10। ਠੀਕ ਹੈ, ਕਿੰਨਾ ਬਣ ਗਿਆ? 100, 100 ਦੀ ਦੂਰੀ ਕਵਰ ਕੀਤੀ ਆ। ਰੇਸ਼ੋ ਕਿੰਨੀ ਆਈ ਉਹਨਾਂ ਦੇ ਟਾਈਮ ਦੀ? ਟੋਟਲ ਡਿਸਟੈਂਸ ਹੋ ਗਿਆ 100, ਅਤੇ ਟਾਈਮ ਕਿੰਨਾ ਆਇਆ? ਸਪੀਡ, ਮੈਂ ਤੁਹਾਨੂੰ ਦੱਸਿਆ ਕਿ ਡਿਸਟੈਂਸ ਅਪੋਨ ਸਪੀਡ ਰੱਖ ਕੇ, ਤਾਂ ਇਹ ਕਿੰਨਾ ਬਣ ਗਿਆ? 1 2 3 ਅਤੇ 1 4, ਕਿੰਨਾ ਆ ਗਿਆ? 4 ਦਾ। ਤਾਂ 25 4 ਕਿੰਨੇ ਹੁੰਦੇ ਆ? 100, 25 ਘੰਟੇ ਇੱਥੇ ਤੁਹਾਡੇ ਕੋਲ, 25 ਕਿਲੋਮੀਟਰ ਪ੍ਰਤੀ ਘੰਟਾ ਐਵਰੇਜ ਸਪੀਡ ਆ ਗਈ, ਤਾਂ ਆਪਸ਼ਨ ਏ ਇੱਥੇ ਰਾਈਟ ਆਨਸਰ ਹੈ।
ਹਾਂਜੀ, ਇਸ ਦੇ ਨਾਲ ਸਾਡੀ ਅੱਜ ਦੀ ਕਲਾਸ ਖਤਮ ਹੁੰਦੀ ਆ। ਮੈਨੂੰ ਇੱਕ ਜ਼ਰੂਰੀ ਕੰਮ ਦੀ ਵਜ੍ਹਾ ਕਰਕੇ ਜਾਣਾ ਪੈ ਰਿਹਾ, ਨਹੀਂ ਮੈਂ ਇਸ ਤਰ੍ਹਾਂ ਦੇ ਸਮ ਤੁਹਾਨੂੰ ਬਹੁਤ ਜ਼ਿਆਦਾ ਕਰਵਾਉਣੇ ਸੀ, ਕਿਉਂਕਿ ਅੱਜ ਦੀ ਕਲਾਸ ਮੈਨੂੰ ਬਹੁਤ ਜ਼ਿਆਦਾ ਇੰਟਰਸਟਿੰਗ ਲੱਗ ਰਹੀ ਆ। ਠੀਕ ਹੈ, ਪਰ ਕੰਮ ਆਉਣ ਕਰਕੇ ਮੈਨੂੰ ਜਾਣਾ ਪੈਣਾ ਜਲਦੀ। ਤਾਂ ਅੱਜ ਦੀ ਇਹ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ। ਜੇਕਰ ਅੱਜ ਦੀ ਕਲਾਸ ਵਧੀਆ ਲੱਗੀ ਹੈ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ। ਧੰਨਵਾਦ ਜੀ, ਥੈਂਕਸ ਫੋਰ ਵਾਚਿੰਗ।